ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਮਾਲਕ, ਸੋਹਣੇ ਤਖਤਾਂ ਦੇ ਬਿਰਾਜਮਾਨ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਦਿਲ ਨੂੰ ਸਫਲਾ ਬਣਾਉਣ ਦੇ ਲਈ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਿਗੁਰਾਂ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਹੋ। ਮਹਾਨ ਵੇਲਾ ਹੈ, ਆਓ ਗੁਰੂ ਲੇਖੇ ਲਾਈਏ, ਸਤਿਗੁਰਾਂ ਦੇ ਪਾਵਨ ਜੀਵਨ ਚਰਿੱਤਰਾਂ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ, ਸਤਿਗੁਰਾਂ ਦੇ ਸਪੁੱਤਰ ਬਾਬਾ ਮੋਹਰੀ ਜੀ ਜੋ ਸੰਗਤਾਂ ਵੱਲ ਵੇਖ ਕਦੇ ਕਦੇ ਮਨ ਕਰਕੇ ਝੁਰਦੇ ਨੇ ਆਪਣੇ ਮਿੱਤਰਾਂ ਵਿੱਚ ਬੈਠ ਆਪਣਿਆਂ ਨਾਲ ਗੱਲਾਂ ਕਰਦੇ, ਬੜਾ ਮਨ ਵਿੱਚ ਦੁੱਖ ਆਉਂਦਾ ਹੈ। ਵੱਡੇ ਵੱਡੇ ਬਾਦਸ਼ਾਹ ਹਿੰਦੁਸਤਾਨ ਦੇ ਮਾਲਕ ਅਕਬਰ ਜਿਹੇ ਇੱਥੇ ਮੱਥਾ ਟੇਕਣ ਆਉਂਦੇ ਨੇ, ਧਨਾੜ ਵਪਾਰੀ ਪਠਾਨ ਤੇ ਰਾਜੇ ਇਸ ਦਰ ਦੀ ਧੂੜ ਛਾਣਦੇ ਨੇ, ਪਰ ਕਦੇ ਵੀ ਪਿਤਾ ਗੁਰੂ ਨੇ ਸਾਨੂੰ ਮਾਇਆ ਨਹੀਂ ਦਿੱਤੀ। ਆਪਣਿਆਂ ਦੋਸਤਾਂ ਮਿੱਤਰਾਂ ਨੂੰ ਬੈਠ ਕੇ ਆਖਦੇ ਨੇ, ਮੈਂ ਤੇ ਆਪਣੀ ਜ਼ਿੰਦਗੀ ਵਿੱਚ ਕਦੇ 1 ਲੱਖ ਟਕਾ ਵੀ ਨਹੀਂ ਵੇਖਿਆ। ਜਦੋਂ ਉਹ ਸੁਣਦੇ ਨੇ ਬੜੇ ਤਰੀਕੇ ਨਾਲ ਗੱਲ ਕਰਦੇ ਆ। ਬਾਬਾ ਮੋਹਰੀ ਜੀ ਦੀ ਪਰੇਸ਼ਾਨੀ ਹੋਰ ਵੱਧ ਰਹੀ ਹੈ। ਉਹ ਆਖਣ ਲੱਗੇ, ਗੁਰੂ ਪੁੱਤਰ ਹੋ ਕੇ ਵੀ ਜੇ ਤੇਰਾ ਆਹ ਹਾਲ ਆ ਤੇ ਸਾਡੇ ਵਰਗਿਆਂ ਦਾ ਕੀ ਬਣਨਾ। ਉਹ ਸੁਣੀਆਂ ਹੋਈਆਂ ਗੱਲਾਂ ਬਾਬਾ ਮੋਹਰੀ ਜੀ ਆਪਣੇ ਦਿਲ ਨੂੰ ਲਾਈ ਜਾਂਦੇ, ਪਛਤਾਈ ਜਾਂਦੇ। ਅੰਤਰਜਾਮੀ ਸਤਿਗੁਰੂ ਸਭ ਕੁਝ ਜਾਣਦੇ ਨੇ ਵੀ ਸਾਡੇ ਸਪੁੱਤਰ ਦੇ ਮਨ ਵਿੱਚ ਮਾਇਆ ਦਾ ਲਾਲਚ ਪੈਦਾ ਹੋ ਗਿਆ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਬੜੀ ਸ਼ਿੱਦਤ ਨਾਲ ਸਰਵਣ ਕੀਤਾ।
ਸਰੀਰ ਭਾਵੇਂ ਆਪਣੇ ਇੱਥੇ ਨੇ, ਮਨ ਤੇ ਸੁਰਤ ਲੈ ਕੇ ਚੱਲੀਏ ਗੁਰਦੁਆਰਾ ਸਾਹਿਬ। ਸੋਹਣੇ ਤਖਤ ਤੇ ਬਿਰਾਜਮਾਨ ਹਨ ਗੁਰੂ ਅਮਰਦਾਸ ਮਹਾਰਾਜ, ਆਓ ਉਸ ਦਰਬਾਰ ਦੀ ਹਾਜ਼ਰੀ ਭਰੀਏ। ਲਵਾਓ ਹਾਜ਼ਰੀ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ ਸਤਿਗੁਰ ਕੋ ਮਾਇਆ ਕਰ ਹਟਾਉਣ ਹੈ ਜਹ ਦਾਇਆ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨਿਤ ਖੇਡਾਂ ਵਰਤਾਉਂਦੇ, ਸਤਗੁਰਾਂ ਦੇ ਸਾਰਿਆਂ ਤੋਂ ਛੋਟੇ ਸਪੁੱਤਰ ਬਾਬਾ ਮੋਹਰੀ, ਜਿਹੜੇ ਸਾਰੇ ਕੰਮਾਂ ਚ ਮੋਹਰੀ ਨੇ, ਗੁਰੂ ਘਰ ਦੇ ਵਿੱਚ ਜਿੰਨੀ ਆਮਦਨ ਹੈ, ਜਿੰਨੀ ਸੇਵਾ, ਉਹ ਸਾਰੀ ਇਹਨਾਂ ਦੇ ਹੱਥ ਹੈ। ਇਕੱਲਿਆਂ ਦੇ ਨਹੀਂ, ਨਾਲ ਬਾਬਾ ਬੁੱਢਾ ਜੀ ਨੇ, ਕੁਝ ਹੋਰ ਗੁਰ ਸਿੱਖ ਨੇ। ਇਸੇ ਕਰਕੇ ਬਾਬਾ ਮੋਹਰੀ ਨੂੰ ਗਮ ਲੱਗਾ ਰਹਿੰਦਾ ਹੈ ਵੀ ਮੈਂ ਤੇ ਨਾਮ ਦਾ ਹੀ ਮੋਹਰੀ ਹਾਂ, ਹੈ ਤੇ ਮੇਰੇ ਕੋਲ ਕੁਛ ਨਹੀਂ। ਰੋਜ਼ ਮਿੱਤਰਾਂ ਦੀ ਸੰਗਤ ਵਿੱਚ ਬੈਠਦੇ ਆ, ਵੇਖੋ ਜਿਹੋ ਜੇ ਤੁਹਾਡੇ ਮਿੱਤਰ ਹੋਣਗੇ ਉਹੋ ਜੇ ਤੁਹਾਡੇ ਵਿਚਾਰ ਹੋਣਗੇ। ਹੁਣ ਵਿਚਾਰ ਤੇ ਬਾਅਦ ਵਿੱਚ ਹੋਣਗੇ ਨਾ, ਪਹਿਲਾਂ ਜੈਸੇ ਤੁਹਾਡੀ ਮਨ ਦੀ ਬਿਰਤੀ ਹੈ ਉਹੋ ਜੇ ਤੁਸੀਂ ਮਿੱਤਰ ਲੱਭੋਗੇ, ਉਹਨਾਂ ਨਾਲ ਬੈਠ ਕੇ ਚਰਚਾ ਕਰੋਗੇ, ਟੌਕ ਕਰੋਗੇ, ਗੱਲਾਂ ਕਰੋਗੇ, ਤੇ ਗੱਲਾਂ ਉਹੋ ਹੋਣਗੀਆਂ ਜਿਨ੍ਹਾਂ ਵਿੱਚ ਉਹ ਤੁਹਾਨੂੰ ਮਹਾਨ ਕਹਿਣਗੇ। ਅਕਸਰ ਸਾਡੀ ਜ਼ਿੰਦਗੀ ਦੇ ਸਾਡੇ ਯਾਰ ਉਹ ਨੇ ਜਿਹੜੇ ਸਾਡੇ ਬਾਂਦਰ ਜਿਹਾ ਮੂੰਹ ਕਰਾ ਕੇ ਵੀ ਕੋਈ ਫੋਟੋ ਪਾ ਲਏ ਤੇ ਥੱਲੇ ਲਿਖਦੇ ਨੇ ਔਸਮ, ਵਾਕਮਾਲ, ਬਿਊਟੀਫੁਲ, ਨਾਈਸ, ਤੇ ਸਾਨੂੰ ਲੱਗਦਾ ਉਹ ਯਾਰਾਂ ਦੇ ਯਾਰ ਨੇ ਜੋ ਸਾਨੂੰ ਖੂਬ ਛਕਾਉਂਦੇ ਹੋਣ, ਸਾਡੀ ਝੂਠੀ ਤਾਰੀਫ ਕਰਦੇ ਹੋਣ, ਕਿਉਂਕਿ ਬੰਦਾ ਇਸ ਫੀਲਿੰਗ ਨਾਲ ਜਿਉਂਦਾ ਹੈ। ਹੁਣ ਬਾਬਾ ਮੋਹਰੀ ਜੀ ਦੇ ਮਿੱਤਰ ਰੋਜ਼ ਉਹਨਾਂ ਨੂੰ ਫੂਕ ਛਕਾਉਂਦੇ ਆ, ਕਹਿੰਦੇ ਗੁਰੂ ਪੁੱਤਰ ਹੋ ਕੇ ਜੇ ਤੁਹਾਡਾ ਆ ਹਾਲ ਅਸੀਂ ਕਿੱਥੇ ਜਾਵਾਂਗੇ, ਇਹ ਤੇ ਗਲਤ ਗੱਲ ਹੈ। ਐਡਾ ਵੱਡਾ ਗੁਰੂ ਘਰ, ਇੰਨੀ ਮਾਇਆ, ਉਹ ਕਹਿੰਦੇ ਮੇਰੇ ਪਿਤਾ ਨਹੀਂ ਚਾਹੁੰਦੇ। ਹੁਣ ਜਦ ਗੱਲ ਪਿਤਾ ਤੇ ਆ ਗਈ ਵੀ ਮੇਰੇ ਬਾਪੂ ਜੀ ਨਹੀਂ ਚਾਹੁੰਦੇ ਸਾਨੂੰ ਮਾਇਆ ਦੇਣੀ, ਫਿਰ ਮਿੱਤਰ ਕੀ ਕਰ ਸਕਦੇ ਆ, ਉਹ ਚੁੱਪ ਹੋ ਗਏ। ਕਹਿੰਦੇ ਇਹ ਗੱਲ ਜਾਇਜ਼ ਨਹੀਂ, ਸਤਿਗੁਰਾਂ ਨੂੰ ਆਪਣੇ ਪੁੱਤਰਾਂ ਬਾਰੇ ਸੋਚਣਾ ਚਾਹੀਦਾ। ਬੜੀ ਵਾਰ ਜਦ ਕੋਈ ਤੁਹਾਡੇ ਕੋਲ ਆ ਕੇ ਤੁਹਾਡੇ ਬੱਚਿਆਂ ਦੀ ਸਿਫਾਰਿਸ਼ ਕਰੇ, ਜਾਣਦੇ ਹੋ ਕੰਮ ਆਉਣ ਵਾਲੀ ਗੱਲ ਹੈ। ਕੋਈ ਆਖੇ ਤੂੰ ਆਪਣੇ ਮੁੰਡੇ ਨੂੰ ਬਾਹਰ ਕਿਉਂ ਨਹੀਂ ਭੇਜ ਦਿੰਦਾ, ਆਪਣੀ ਧੀ ਨੂੰ ਫਲਾਣਾ ਕੋਰਸ ਕਿਉਂ ਨਹੀਂ ਕਰਾਉਂਦਾ, ਸਾਵਧਾਨ ਹੋ ਜਾਇਓ। ਉਹ ਇਨਸਾਨ ਇਕੱਲਾ ਬੋਲਣ ਵਾਲਾ ਨਹੀਂ, ਕਿਤੇ ਆਪਣਿਆਂ ਦੀ ਮਿਲੀ ਭੁਗਤਾ ਖੋ ਸਕਦਾ। ਕਿਸੇ ਨੇ ਘਰ ਚੋਂ ਜਾ ਕੇ ਦੱਸਿਆ ਜਾਂ ਬੇਟੇ ਨੇ ਜਾਂ ਬੇਟੀ ਨੇ, ਤਾਂ ਕੋਈ ਤੀਜਾ ਬੰਦਾ ਵਿਚੋਲਾ ਬਣਿਆ, ਉਹ ਕਹਿੰਦਾ ਚਿੰਤਾ ਨਾ ਕਰ, ਤੇਰੇ ਪਿਓ ਨੂੰ ਮੈਂ ਸਮਝਾ ਦੂੰਗਾ। ਮਿੱਤਰ ਇਹੋ ਸਮਝਾਉਣ ਵਾਲੇ ਪਰਿਵਾਰਾਂ ਦੀ ਬਰਬਾਦੀ ਕਰਦੇ। ਜੋ ਸਾਡੇ ਘਰ ਦੇ ਹਾਲਾਤ ਨੇ ਉਹ ਮਾਂ ਬਾਪ ਬਿਹਤਰ ਜਾਣਦੇ ਆ, ਬੱਚੇ ਜਾਣਦੇ ਆ,
ਤੀਜਾ ਬੰਦਾ ਜਿਹੜਾ ਆਪਸ਼ਨਲ ਹੈ ਉਹ ਤੁਹਾਡੇ ਘਰ ਦੀ ਸਰਦਰਦੀ ਨਹੀਂ ਜਾਣਦਾ, ਤੁਹਾਡੇ ਹਾਲਾਤਾਂ ਨੂੰ ਨਹੀਂ ਜਾਣਦਾ, ਤੁਹਾਨੂੰ ਬਾਹਰੋਂ ਦੇਖ ਕੇ ਤੁਹਾਨੂੰ ਰਾਏ ਦਿੰਦਾ ਤੈਨੂੰ ਇਹ ਕਰ ਲੈਣਾ ਚਾਹੀਦਾ। ਤੇ ਬੰਦਾ ਮਜਬੂਰ ਹੋ ਕੇ ਆਖਦਾ ਜੀ ਬੱਚੇ ਕਹਿੰਦੇ ਆ, ਲੋਕ ਵੀ ਆਖਦੇ ਆ, ਕਰ ਲੋ। ਐਸੇ ਕੀਤੇ ਹੋਏ ਫੈਸਲੇ ਜ਼ਿੰਦਗੀ ਭਰ ਬੰਦੇ ਨੂੰ ਰੋਣ ਲਈ ਮਜਬੂਰ ਕਰਦੇ ਨੇ। ਸੁਣੋ ਸਭ ਦੀ, ਕਰੋ ਆਪਣੇ ਮਨ ਦੀ, ਭਾਵੇਂ ਸਾਡੇ ਮਾਂ ਬਾਪ ਕਿਉਂ ਨਾ ਕਹਿਣ, ਭੈਣ ਭਰਾ ਕਿਉਂ ਨਾ ਕਹਿਣ, ਰਿਸ਼ਤੇਦਾਰ ਕਿਉਂ ਨਾ ਕਹਿਣ, ਉਹ ਕਰੋ ਜੋ ਤੁਹਾਨੂੰ ਕੰਫਰਟ ਫੀਲ ਕਰਾਉਂਦਾ। ਦੇਖੋ ਜੀ, ਇੱਕ ਬੰਦਾ ਤੇ ਵਿਚਾਰਾ 5 ਵਜੇ ਉੱਠ ਕੇ ਪਾਠ ਕਰਦਾ ਤੇ ਉਹਨੂੰ ਦੂਜੇ ਆਉਂਦੇ ਆ, ਤੂੰ 3 ਵਜੇ ਉੱਠਿਆ ਕਰ, ਤੂੰ 2:30 ਵਜੇ ਉੱਠਿਆ ਕਰ। ਨਹੀਂ, ਜੋ ਤੁਹਾਡੇ ਸਰੀਰ ਨੂੰ ਫਿੱਟ ਹੈ, ਜੋ ਤੁਹਾਡੇ ਮਨ ਨੂੰ ਸਕੂਨ ਦਿੰਦਾ ਹੈ ਉਹ ਕਰਨਾ ਹੈ। ਦੂਜਾ ਤੇ 2:30 ਵਜੇ ਉੱਠਿਆ ਫਿਰਦਾ, ਜੇ ਤੈਨੂੰ ਰਾਤ ਨੂੰ ਨੀਂਦ ਨਾ ਆਵੇ ਕੀ ਕਰੇਗਾ? ਜਾਂ ਫਿਰ ਗੁਰੂ ਤੋਂ ਪੁੱਛੋ, ਜਾਂ ਆਪਣੇ ਮਨ ਨੂੰ ਪੁੱਛੋ। ਜਦ ਦੂਜਾ ਤੀਜਾ ਚੌਥਾ ਤੁਹਾਡੀ ਜ਼ਿੰਦਗੀ ਦਾ ਫੈਸਲਾ ਕਰਦਾ ਹੈ ਤੇ ਤੁਹਾਡੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਬਾਬਾ ਮੋਹਰੀ ਜੀ ਨੂੰ ਆਖਣ ਲੱਗੇ, ਅਸੀਂ ਆਪਣੇ ਪਿਤਾ ਨੂੰ ਆਖਾਂਗੇ, ਤੁਹਾਡੇ ਪਿਤਾ ਨੂੰ ਬੇਨਤੀ ਕਰਨਗੇ ਵੀ ਮਹਾਰਾਜ ਪੁੱਤਰਾਂ ਦਾ ਵੀ ਸੋਚੋ। ਹੁਣ ਇਹਦਾ ਮੈਸੇਜ ਕੀ ਜਾ ਰਿਹਾ? ਸਿੱਧਾ ਭਾਵ ਇਹ ਹੈ ਵੀ ਪੁੱਤਰ ਕਹਿੰਦੇ ਆ, ਸਾਡੇ ਪਿਤਾ ਸਾਨੂੰ ਨਹੀਂ ਪੁੱਛਦੇ, ਸਾਡੀ ਬੁੱਕਤ ਕੋਈ ਨਹੀਂ ਹੈ। ਅਸੀਂ ਤੇ ਗੱਲ ਸੁਭਾਵਿਕ ਕੀਤੀ ਹੈ ਨਾ, ਮੇਰੇ ਮਾਂ ਬਾਪ ਯਾਰ ਮੇਰੀ ਬਹੁਤੀ ਕੇਅਰ ਨਹੀਂ ਕਰਦੇ, ਮੇਰੇ ਮਾਂ ਬਾਪ ਨੂੰ ਫਰਕ ਨਹੀਂ ਪੈਂਦਾ ਮੈਂ ਕੀ ਕਰਦਾ ਕੀ ਨਹੀਂ ਕਰਦਾ। ਜਦ ਉਹ ਗੱਲ ਦੂਜਾ ਬੰਦਾ ਘੁਮਾ ਫਰਾ ਕੇ ਲੈ ਕੇ ਆਊ, ਉਹ ਗੱਲ ਕੁਝ ਹੋਰ ਬਣੀ ਹੋਏਗੀ, ਉਹਦੇ ਨੁਕਸਾਨ ਬਹੁਤ ਵੱਡੇ ਹੋਣਗੇ। ਬਾਬਾ ਮੋਹਰੀ ਜੀ ਨੇ ਆਪਣੇ ਮਿੱਤਰਾਂ ਕੋਲ ਆਪਣਾ ਦੁੱਖ ਰੋਇਆ, ਉਹ ਕਹਿੰਦੇ ਨਹੀਂ, ਤੁਹਾਡੇ ਪਿਤਾ ਨੂੰ ਏਦਾਂ ਨਹੀਂ ਕਰਨਾ ਚਾਹੀਦਾ, ਬੇਨਤੀ ਕਰਾਂਗੇ ਸਤਿਗੁਰੂ ਜੀ, ਆਪਣੇ ਬੱਚਿਆਂ ਬਾਰੇ ਸੋਚੋ। ਇਹਦਾ ਭਾਵ ਕੀ ਵੀ ਗੁਰੂ ਆਪਣੇ ਧੀਆਂ ਪੁੱਤਾਂ ਬਾਰੇ ਨਹੀਂ ਸੋਚਦੇ? ਪਰ ਬਾਬੇ ਮੋਹਰੀ ਦੇ ਆਪਣੇ ਦਿਲ ਦੀ ਗੱਲ ਦਿਲ ਚ ਰੱਖ ਲਈ ਵੀ ਉੱਥੇ ਕੌਣ ਜਾਵੇ, ਸਤਿਗੁਰਾਂ ਨੂੰ ਕੌਣ ਆ? ਇੰਨੀ ਮਾਇਆ ਹੋਣ ਦੇ ਬਾਵਜੂਦ ਮੇਰੇ ਪਿਤਾ ਸਾਨੂੰ ਮਾਇਆ ਨੂੰ ਹੱਥ ਲਾਉਣ ਨਹੀਂ ਦਿੰਦੇ। ਗੁਰੂ ਜਿਸ ਨਾਈ ਸੋ ਕਿਸ ਰੀਤ ਆਈ ਹਮ ਪਾਹੀ। ਜਦੋਂ ਸਾਡੇ ਪਿਤਾ ਨਹੀਂ ਚਾਹੁੰਦੇ ਮਾਇਆ ਤੇ ਸਾਡੇ ਕੋਲੋਂ ਕਿੱਥੋਂ ਆਊ? ਅਕਸਰ ਬੱਚਿਆਂ ਕੋਲ ਉਹੋ ਹੀ ਆਉਂਦਾ ਜੋ ਉਹਨਾਂ ਦੇ ਮਾਂ ਬਾਪ ਕੋਲ ਹੁੰਦਾ। ਜੇ ਕਿਸੇ ਕੋਲ 50 ਏਕੜ ਜ਼ਮੀਨ ਹੈ, ਧੀ ਪੁੱਤ ਕੋਲ ਹੁੰਦੀ ਹੈ। ਜਿਹਨੂੰ ਵਿਰਸੇ ਵਿੱਚ ਧਰਮ ਮਿਲਿਆ ਉਹ ਪਰਿਵਾਰ ਵਿੱਚ ਹੀ ਆਉਣਾ, ਜਿਹਨੂੰ ਸ਼ਰਾਬ ਤੇ ਸ਼ਬਾਬ ਮਿਲਿਆ, ਮਾਫ ਕਰਿਓ, ਧੀਆਂ ਪੁੱਤਾਂ ਚ ਉਹਨੇ ਰੰਗ ਵੀ ਵਿਖਾਉਣਾ ਹੋ ਸਕਦਾ, ਕਿਉਂਕਿ ਵਿਰਸੇ ਚ ਜੋ ਮਾਪਿਆਂ ਨੇ ਦਿੱਤਾ ਏ ਉਹ ਔਲਾਦ ਕੋਲ ਗਹਿਣਾ ਬਣ ਕੇ ਰਹਿੰਦਾ। ਚੰਗੇ ਗੁਣ ਦੇ ਦਿਓ, ਚੰਗੀ ਸਿੱਖਿਆ ਦੇ ਦਿਓ, ਚੰਗੇ ਵਿਚਾਰ ਦੇ ਦਿਓ, ਉਹਨਾਂ ਨੂੰ ਮਾੜੇ ਕੰਮਾਂ ਤੋਂ ਵਰਜਣ ਤੋਂ ਹਟ ਜਾਓ, ਭੁਗਤਣਾ ਤੇ ਤੁਸੀਂ ਹੋ ਜਾਣਾ। ਅੱਜ ਧੀ ਪੁੱਤ ਮਾੜੇ ਕੰਮ ਕਰਦਾ, ਕੋਈ ਲਾਂਭਾ ਦੇਣ ਆਇਆ, ਲਾਂਭਾ ਦੇਣ ਵਾਲੇ ਦੇ ਗੱਲ ਪੈ ਜਾਓ ਵੀ ਤੂੰ ਕੌਣ ਹੁੰਦਾ ਸਾਡੇ ਮੁੰਡੇ ਬਾਰੇ ਤਾਂ ਕਹਿਣ ਵਾਲਾ, ਤੂੰ ਕੌਣ ਹੁੰਦਾ ਸਾਡੀ ਧੀ ਬਾਰੇ ਗੱਲ ਕਰਨ ਵਾਲਾ? ਤੇ ਇੱਕ ਦਿਨ ਆਊਗਾ ਜਦੋਂ ਜਮਾਨਾ ਹੱਸੂ ਤੇ ਇਕੱਲਾ ਬਹਿ ਕੇ ਰੋਏਗਾ, ਉਦੋਂ ਲੋਕੀ ਕਹਿੰਦੇ ਕਿ ਲੋਕ ਇਸੇ ਲਾਇਕ। ਇਸ ਲਈ ਆਪਣਿਆਂ ਨੂੰ ਹਮੇਸ਼ਾ ਸਾਂਭ ਕੇ ਰੱਖੋ, ਜਦ ਉਹ ਕੋਈ ਬੁਰਾ ਕਰਮ ਕਰਦੇ ਨੇ ਉਹਨਾਂ ਨੂੰ ਉਸੇ ਵਕਤ ਟੋਕੋ, ਕਿਉਂਕਿ ਅੱਜ ਤੇ ਘਰੇ ਸਰਜੂ ਟੋਕ ਕੇ, ਕੱਲ ਜਦੋਂ ਲੋਕ ਟੋਕਣਗੇ ਤੇ ਫਿਰ ਮਰਿਆ ਨਹੀਂ ਜਾਣਾ। ਬਾਬਾ ਮੋਹਰੀ ਵੱਧਦੇ 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 ਕਹਿੰਦੇ ਗੁਰੂ ਘਰ ਦੀ ਨਿੰਦਿਆ ਤੀ ਉੱਧਰ, ਮੇਰਾ ਤੇ ਪਿਤਾ ਮੈਨੂੰ ਦਿੰਦਾ ਹੀ ਕੁਛ ਨਹੀਂ,
ਕਹਿੰਦੇ ਮੈਨੂੰ ਤਾਂ ਇੱਥੋਂ ਤੱਕ ਸ਼ੱਕਤਾ ਵੀ ਬਾਪੂ ਨੇ ਗੱਦੀ ਵੀ ਨਹੀਂ ਦੇਣੀ ਆ ਸਾਰਾ ਨਾਮ ਪਤਾ ਲੱਗ ਜਾਂਦਾ ਹੁੰਦਾ ਕਿਉਂਕਿ 84 ਪਿੰਡ ਅਕਬਰ ਬਾਦਸ਼ਾਹ ਦੇ ਕੇ ਗਿਆ ਭੇਟਾ ਸਤਿਗੁਰਾਂ ਦੇ ਪੁੱਤਰਾਂ ਦੇ ਨਾਂ ਨਹੀਂ ਕਰਾਏ ਉਹ ਬਾਬਾ ਬੁੱਢਾ ਜੀ ਨੂੰ ਸੌਂਪ ਦਿੱਤੇ ਵੀ ਗੁਰੂ ਘਰ ਦੀ ਸੇਵਾ ਤੁਸੀਂ ਅੱਜ ਦੇ ਸਮੇਂ ਤੁਸੀਂ ਇਹ ਲਾ ਲਓ ਵੀ ਇੱਕ ਪਿੰਡ 'ਚ ਕਿੰਨੇ ਹਜ਼ਾਰ ਏਕੜ ਜ਼ਮੀਨ ਹੁੰਦੀ ਸੀ 84 ਪਿੰਡਾਂ ਦੇ ਵਿੱਚ ਕਿੰਨੇ ਲੱਖ ਕਿੱਲਾ ਹੋਣਾ ਕਿੰਨੀ ਹੋ ਗਈ ਸੀ ਉਹ ਇੱਕ ਗੁਰਸਿੱਖ ਨੂੰ ਦੇਤੀ ਮਹਾਰਾਜ ਪੁੱਤਾਂ ਦੇ ਨਾਂ ਤਾਂ ਨਹੀਂ ਗਿਰਾਈ ਬਾਬਾ ਮੋਹਰੀ ਕਹਿੰਦੇ ਮੈਂ ਕੀ ਕਰ ਸਕਦਾ ਮੈਂ ਤੇ ਵੇ ਵਾ ਸੰਗ ਜਦੋਂ ਮੇਰੇ ਪਿਤਾ ਮੈਨੂੰ ਕੁਝ ਦੇਣਾ ਹੀ ਨਹੀਂ ਚਾਹੁੰਦੇ ਕਿਵੇਂ ਮੰਗ ਲਵਾਂ ਤਿੰਨ ਕੋ ਦਿਓ ਪਦਾਰਥ ਆਵੇ ਨਹੀਂ ਕਹਾਂ ਕਰ ਪਾਵੇ ਜੋ ਸਾਨੂੰ ਦੇਦੇ ਨੇ ਅਸੀਂ ਉਹ ਛੱਕ ਲੈਂਦੇ ਹਾਂ ਉਹ ਵਰਤ ਲੈਂਦੇ ਹਾਂ ਧੱਕੇ ਨਾਲ ਕਿੱਥੋਂ ਲੈ ਆਈਏ ਹਾਂ ਜੇ ਚੰਗੇ ਮਿੱਤਰ ਹੁੰਦੇ ਤੇ ਸਿਖਾਉਂਦੇ ਤੁਹਾਡੇ ਪਿਤਾ ਗੁਰੂ ਪਰਮਾਤਮਾ ਨੇ ਤੁਹਾਨੂੰ ਮੰਗਣ ਦੀ ਲੋੜ ਕੀ ਹੈ ਉਹ ਬੱਚੇ ਮੰਗਦੇ ਕਦੇ ਚੰਗੇ ਨਹੀਂ ਲੱਗਦੇ ਉਹ ਲਾਂਭੇ ਦਿੰਦੇ ਜਿਨ੍ਹਾਂ ਦੇ ਮੰਗਣ ਤੋਂ ਬਿਨਾਂ ਮਾਪਿਆਂ ਨੇ ਸਭ ਕੁਝ ਪਹਿਲਾਂ ਹੀ ਅੱਗੇ ਰੱਖਿਆ ਜਿਨ੍ਹਾਂ ਨੂੰ ਕਦੇ ਤਰਸਣ ਵਾਸਤੇ ਵਕਤ ਹੀ ਨਾ ਮਿਲਿਆ ਹੋਵੇ ਉਹ ਉਲਾਂਭਾ ਦੇਵੇ ਤੁਸੀਂ ਮੇਰੇ ਲਈ ਕੀ ਕੀਤਾ ਵੀ ਤੂੰ ਮਾੜੀ ਗੱਲ ਕੀ ਹੋ ਸਕਦੀ ਹਾਂ ਉਹ ਉਲਾਂਭਾ ਦੇਵੇ ਜਿਨ੍ਹਾਂ ਨੇ ਬਚਪਨ ਵਿੱਚ ਤਰਸ ਤਰਸ ਕੇ ਜ਼ਿੰਦਗੀ ਕੱਢੀ ਸਭ ਕੁਝ ਹੁੰਦਿਆਂ ਵੀ ਮਾਪਿਆਂ ਕੁਛ ਲੈ ਕੇ ਨਾ ਦਿੱਤਾ ਉਹ ਤੇ ਰੋਗੇ ਬਾਬਾ ਮੋਹਰੀ ਜੀ ਨੇ ਸਾਰਾ ਦੋਸ਼ ਗੁਰੂ ਸਾਹਿਬ ਤੇ ਪਾਤਾ ਪਿਤਾ ਜੀ ਤੇ ਪਾਤਾ ਵੀ ਉਹ ਨਹੀਂ ਚਾਹੁੰਦੇ ਅਸੀਂ ਮੌਜਾਂ ਕਰੀਏ ਮੌਜਾਂ ਮਾਇਆ ਨਾਲ ਨਹੀਂ ਹੁੰਦੀਆਂ ਮਤ ਭੁਲੇਖਾ ਰੱਖਿਓ ਮਾਇਆ ਤੁਹਾਨੂੰ ਸੁੱਖਾਂ ਦੇ ਸਾਧਨ ਦੇ ਸਕਦੀ ਹੈ ਪਰ ਸੁਖੀ ਨਹੀਂ ਬਣਾ ਸਕਦੀ ਮਤ ਭੁਲੇਖਾ ਦੂਰ ਰੱਖੀ ਸੁੱਖ ਨਹੀਂ ਹੁੰਦਾ ਪੈਸਾ ਪਰ ਦੁਨੀਆਂ ਦੇ ਵਿੱਚ ਮਾਇਆ ਇੱਕ ਜ਼ਰੂਰਤ ਹੈ ਜ਼ਰੂਰਤ ਤੋਂ ਵੱਧ ਜਿੱਦਣ ਜ਼ਿੰਦਗੀ ਵਿੱਚ ਆ ਗਈ ਜ਼ਿੰਦਗੀ ਨੂੰ ਕੰਗਾਲ ਬਣਾ ਦੇਗੀ ਨਰਕ ਬਣਾ ਦੇਗੀ ਕੋਲ ਪਈ ਮਾਇਆ ਬੰਦਾ ਨਹੀਂ ਸੰਭਾਲਦਾ ਇਸ ਮਾਇਆ ਦੇ ਜ਼ਰੀਏ ਇਨਵੈਸਟਮੈਂਟ ਕਰਕੇ ਹੋਰ ਇਕੱਠੀ ਕਰਨੀ ਚਾਹੁੰਦਾ ਮੈਂ ਆਪਣੀ ਤੇ ਕਿਸੇ ਨੂੰ ਦੇ ਦੇ ਹਾਂ ਇਹਦੇ ਬਦਲੇ ਡਬਲ ਲੈਣਾ ਇਹ ਕੈਲਕੂਲੇਸ਼ਨ 'ਚ ਜੀਵ ਲੰਘ ਜਾਂਦਾ ਹੁਣ ਬਾਬਾ ਮੋਹਰੀ ਚੁੱਪ ਰਹਿੰਦਾ ਸਤਿਗੁਰਾਂ ਦੇ ਦਰਬਾਰ 'ਚ ਨਹੀਂ ਆਉਂਦਾ ਕਿਉਂਕਿ ਮਿੱਤਰਾਂ ਨੇ ਜੇ ਚੱਜ ਨਾਲ ਸਮਝਾਇਆ ਹੁੰਦਾ ਵੀ ਤੂੰ ਭਾਗਾਂ ਵਾਲਾ ਤੇਰੇ ਤੇ ਪਿਤਾ ਸਤਿਗੁਰੂ ਪਰਮਾਤਮਾ ਨੇ ਸਤਸੰਗ ਭਾਈ ਤੂੰ ਕਰਦਾ ਤੂੰ ਕਿਹੜੀ ਸੋਚਾਂ ਸੋਚੀ ਜਾਂਦਾ ਪਰ ਨਹੀਂ ਉਹ ਨਵੀਂ ਅੱਗ ਲਾਈ ਚੁਆਤੀ ਲਾਈ ਕਹਿੰਦੇ ਨਹੀਂ ਤੈਨੂੰ ਹੱਕ ਮੰਗ ਲੈਣਾ ਚਾਹੀਦਾ ਚੁੱਪ ਚਪੀਤੇ ਰਹਿੰਦੇ ਆ ਅੰਤਰਜਾਮੀ ਸਤਿਗੁਰੂ ਜਾਣਦੇ ਆ ਵੀ ਪੁੱਤਰ ਦੇ ਮਨ ਵਿੱਚ ਹੇਰਾ ਫੇਰੀ ਚੱਲਦੀ ਹੈ ਅੰਤਰ ਜਾਮੀ ਗੁਰ ਸਭ ਜਾਣੀ ਨਨ ਵਿਕਾਰ ਜਨ ਪੁੱਤਰ ਬਖਾਨੀ ਤੇ ਪਾਤਸ਼ਾਹ ਚਾਹੁੰਦੇ ਆ ਇਹਨਾਂ ਨੂੰ ਅਸਲੀਅਤ ਦਾ ਪਤਾ ਲੱਗੇ ਜਿਹੜੇ ਚੰਗੇ ਮਾਂ ਬਾਪ ਹੁੰਦੇ ਆ ਨਾ ਉਹ ਆਪਣੇ ਬੱਚਿਆਂ ਨੂੰ ਔਖੀਆਂ ਘਾਟੀਆਂ ਵੱਲ ਤੋਰਦੇ ਟਫ ਤੋਂ ਟਫ ਥਾਂ ਵੱਲ ਤੋਰਦੇ ਔਖੇ ਤੋਂ ਔਖਾ ਕੰਮ ਦੱਸਣਗੇ ਪੁੱਤ ਕਰਕੇ ਆ ਇੱਕ ਵਾਰ ਨੁਕਸਾਨ ਹੋ ਦੋ ਵਾਰ ਹੋ ਤੀਜੀ ਵਾਰੀ ਆਪ ਹੀ ਅੱਗ ਲਾ ਲੈਣ ਤੇ ਜਿਹੜੇ ਆਪਣੇ ਬੱਚਿਆਂ ਦੀ ਸੇਵਾ ਜੀ ਲੱਗੇ ਰਹਿੰਦੇ ਆ ਬੁਢਾਪੇ ਵਿੱਚ ਆ ਕੇ ਵੀ ਮਾਫ਼ ਕਰਿਓ ਉਹਨਾਂ ਜ਼ਿੰਦਗੀ ਦਾ ਨਾ ਕਦੇ ਸੁੱਖ ਵੇਖਿਆ ਤੇ ਨਾ ਆਸ ਰੱਖਣ ਆਸ ਨਾ ਰੱਖਿਓ ਕਿਉਂਕਿ ਐਸਾ ਹੀ ਲੰਘਣਾ ਚਾਹੀਦਾ ਆਪਣੇ ਹੱਥਾਂ ਨਾਲ ਬੀਜਿਆ ਬੀਜ ਵੱਢਣਾ ਪੈਣਾ ਹੈ ਜੋ ਬੀਜਿਆ ਗੁਰੂ ਅਮਰਦਾਸ ਮਰਦ ਸੋਚਦੇ ਆ ਕਿਉਂ ਨਾ ਬਾਬੇ ਮੋਹਰੀ ਨੂੰ ਇੱਕ ਵਾਰੀ ਝਟਕਾ ਵਿਖਾਇਆ ਜਾਵੇ ਮਾਇਆ ਮਾਇਆ ਕਰਦਾ ਕਦੇ ਕਿਸੇ ਨੂੰ ਕਹਿ ਦਿੰਦਾ ਜਾ ਕੇ ਕਦੇ ਕਿਸੇ ਨੂੰ ਕਹਿ ਦਿੰਦਾ
ਕਿਉਂ ਨਾ ਇਹਨੂੰ ਇੰਨੀ ਮਾਇਆ ਦੇ ਕੇ ਵੇਖੀਏ ਇਹ ਕਰਦਾ ਕੀ ਹੈ। ਚਿੱਤ ਸੁੱਤ ਸ਼ੰਕਾ ਹਰਨੀ ਦੋਸ਼ ਦਿਖਾਓ ਜਸ ਤਨ ਕਰਨੀ। ਮਹਾਰਾਜ ਦੱਸਣਾ ਚਾਹੁੰਦੇ ਸੀ ਵੀ ਤੇਰੇ ਵਰਗਾ ਤੇ ਸੁਖੀ ਕੋਈ ਨਹੀਂ। ਵੇਖੋ ਜੀ, ਜਿਸ ਬੰਦੇ ਨੂੰ ਕਮਾਉਣਾ ਨਾ ਪੈਂਦਾ ਹੋਵੇ, ਮਾਂ ਬਾਪ ਦੇ ਹੁੰਦਿਆਂ ਵਧੀਆ ਰੋਟੀ ਵਧੀਆ ਕੱਪੜੇ ਮਿਲਦੇ ਹੋਣ, ਚੰਗਾ ਸੌਣ ਨੂੰ ਬਿਸਤਰਾ ਮਿਲਦਾ ਹੋਵੇ, ਤੇ ਉਹਨੂੰ ਤੇ ਮਾਂ ਬਾਪ ਦੇ ਪੈਰ ਧੋਣੇ ਚਾਹੀਦੇ ਆ ਵੀ ਸਾਨੂੰ ਤੇ ਕੰਮ ਹੀ ਨਹੀਂ ਕਰਨਾ ਪਿਆ, ਸਭ ਵਿਰਾਸਤ ਵਿੱਚ ਮਿਲਿਆ, ਧੰਨਵਾਦ ਤੁਹਾਡਾ ਜਿਨ੍ਹਾਂ ਨੇ ਸਾਨੂੰ ਬਚਪਨ ਵਿੱਚ ਵੀ ਪਾਲਿਆ ਤੇ ਹੁਣ ਵੀ ਪਾਲੀ। ਪਰ ਜਦੋਂ ਬੰਦਾ ਨਸ਼ੁਕਰਾ ਹੋ ਜਾਂਦਾ ਨਾ ਜੀ, ਉਹਦਾ ਜਿੰਨਾ ਮਰਜ਼ੀ ਕਰੀ ਜਾਏ ਉਹਨੇ ਇਹੀ ਕਹਿਣਾ ਸਾਡੇ ਲਈ ਕੀ ਕੀਤਾ, ਸਾਡੇ ਲਈ ਕੀ ਕੀਤਾ। ਬੰਦਾ ਭਾਵੇਂ ਆਪਣੀ ਜਾਨੋਂ ਚਲਿਆ ਜਾਏ, ਮਾਂ ਬਾਪ ਲੱਖ ਦੁੱਖ ਚੱਲ ਲੈਣ, ਉਹਨਾਂ ਨੂੰ ਕੋਈ ਫਰਕ ਨਹੀਂ। ਬਾਬਾ ਮੋਹਰੀ ਜੀ ਦਾ ਇਹ ਸੁਭਾਅ ਸੱਚੇ ਪਾਤਸ਼ਾਹ ਨੂੰ ਪਸੰਦ ਨਹੀਂ ਆਇਆ ਵੀ ਗੁਰੂ ਘਰ ਵਿੱਚ ਰਹਿ ਕੇ ਗੁਰੂ ਦਾ ਪੁੱਤਰ ਹੋ ਕੇ ਕੈਸੀਆਂ ਬਾਤਾਂ ਕਰਦਾ ਏ। ਸਤਿਗੁਰਾਂ ਨੇ ਕਦੇ ਵੀ ਆਪਣੇ ਬੱਚਿਆਂ ਦੇ ਪਰਦੇ ਨਹੀਂ ਪਾਏ। ਜਿਵੇਂ ਅੱਜ ਦੁਨੀਆ ਚ ਬਰਬਾਦੀ ਕਿਉਂ ਹੋ ਰਹੀ ਹੈ, ਸਮਾਜ ਦੁਖੀ ਕਿਉਂ ਹੈ, ਲੋਕ ਦੁੱਖ ਦੱਸ ਵੀ ਨਹੀਂ ਸਕਦੇ, ਦੱਸਣ ਵੀ ਕਿਵੇਂ, ਜਿਨ੍ਹਾਂ ਦੀਆਂ ਫੁਗਰੀਆਂ ਆਪ ਮਾਰੀਆਂ ਵੀ ਮੇਰਾ ਮੁੰਡਾ ਏਦਾਂ ਨਹੀਂ ਕਰ ਸਕਦਾ, ਮੇਰੀ ਧੀ ਏਦਾਂ ਨਹੀਂ ਕਰ ਸਕਦੀ, ਹੁਣ ਲੋਕ ਦੱਸਦੇ ਕਹਿੰਦੇ ਭੱਜ ਕੇ ਵਿਆਹ ਕਰਾ ਲਿਆ, ਹੁਣ ਕਿਸੇ ਤੋਂ ਦੁੱਖ ਵੀ ਨਹੀਂ ਰੋ ਸਕਦੇ, ਅਗਲਾ ਕਹਿੰਦਾ ਇਹ ਤੇ ਬੜਾ ਮਾਰਦਾ ਸੀ, ਹੁਣ ਕੀ ਹੋ ਗਿਆ, ਇਹਦੇ ਕੋਲ ਕੀ, ਇਹਨੂੰ ਦੁੱਖ ਦੱਸੀਏ ਵੀ ਮੈਂ ਤੇ ਕਹਿੰਦਾ ਸੀ ਸਾਡੇ ਬੱਚੇ ਸ਼ਰਾਬ ਨੂੰ ਹੱਥ ਨਹੀਂ ਲਾਉਂਦੇ, ਲੋਕੀ ਕਹਿੰਦੇ ਦੋ ਦੋ ਬੋਤਲਾਂ ਘੰਟੇ ਵੀ ਪੀ ਜਾਂਦੇ, ਹੁਣ ਜਿਹਦੇ ਕੋਲ ਰੋਵਾਂਗੇ ਉਹ ਵੀ ਹੱਸੇਗਾ, ਇਸ ਲਈ ਬੰਦਾ ਰੋ ਕੀ ਗਿਆ ਦੁਖੀ ਹੈ। ਸਤਿਗੁਰਾਂ ਭਰੇ ਦਰਬਾਰ ਜੀ ਕਹਿ ਦਿੱਤਾ, ਕਹਿੰਦੇ ਸੰਗਤ ਜੀ ਸਾਡੇ ਪੁੱਤਰ ਬਾਬੇ ਮੋਹਰੀ ਦੇ ਮਨ ਵਿੱਚ ਅੱਜ ਕੱਲ ਮਾਇਆ ਦੀ ਬਿਰਤੀ ਚੱਲਦੀ ਆ, ਸਤਨਾਮ ਮਾਇਆ ਮਾਇਆ ਕਰਦਾ ਭਰੀ ਸੰਗਤ, ਇਹ ਨਹੀਂ ਮਰਦ ਸੋਚਦੇ ਵੀ ਲੋਕ ਕੀ ਕਹਿਣਗੇ, ਸੰਗਤ ਕੀ ਆਖੂ, ਨਹੀਂ ਸੱਚ ਤੇ ਸੱਚ ਹੀ ਹੈ। ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਨੇ ਬਚਨ ਆਖਿਆ, ਕਹਿੰਦੇ ਅਸੀਂ ਚਾਹੁੰਦੇ ਹਾਂ ਪੁੱਤਰ ਦੀ ਇੱਛਾ ਪੂਰੀ ਕਰ ਦਈਏ, ਸਰੀਰ ਛੱਡਣ ਤੋਂ ਪਹਿਲਾਂ ਬਾਬੇ ਮੋਹਰੀ ਦੀ ਭਾਵਨਾ ਪੂਰੀ ਹੋਵੇ। ਪਹੁੰਚੇ ਪਰਸਨ ਕੋ ਹਮ ਪੈਸੇ ਪੰਚ ਲਿਆਏ ਤੇ ਸੰਗ, ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਕੱਲ ਸਵੇਰੇ ਜਦ ਦਰਬਾਰ ਲੱਗੇ ਕੋਈ ਵੀ ਸਿੱਖ ਖਾਲੀ ਹੱਥ ਨਾ ਆਵੇ। ਕਿੰਨੀ ਮਾਇਆ ਲੈ ਕੇ ਆਉਣੀ ਹੈ, ਪੰਜ ਪੈਸੇ, ਉਸ ਵਕਤ ਦੀ ਬੜੀ ਵੱਡੀ ਰਕਮ ਸੀ ਕਿਉਂਕਿ ਸੋਨੇ ਤੇ ਚਾਂਦੀ ਦੇ ਸਿੱਕੇ ਹੁੰਦੇ ਸੀ ਅਕਬਰ ਵੇਲੇ, ਦਿਨਾਰਾਂ ਚੱਲਦੀਆਂ ਸੀ। ਦੀਨ ਦੁਨੀਆਂ ਦੇ ਮਾਲਕ ਦਾ ਹੁਕਮ ਸੀ ਕਹਿੰਦੇ ਸਾਰਿਆਂ ਸਿੱਖਾਂ ਨੇ ਪੰਜ ਪੰਜ ਪੈਸੇ ਲੈ ਕੇ ਆਉਣੇ ਆ, ਭਾਈ ਸਾਨੂੰ ਆ ਕੇ ਮੱਥਾ ਟੇਕਣਾ। ਸੰਗਤ ਬੜੀ ਖੁਸ਼ ਹੋਈ ਕਿਉਂਕਿ ਅੱਗੇ ਮਰਜ ਮਾਇਆ ਪ੍ਰਵਾਨ ਨਹੀਂ ਸੀ ਕਰਦੇ, ਗੁਰੂ ਪਾਤਸ਼ਾਹ ਮਾਇਆ ਲੈਂਦੇ ਨਹੀਂ ਸੀ, ਜੇ ਆਉਂਦੀ ਸੀ ਸਿੱਖਾਂ ਕੀ ਮੰਨ ਦਿੰਦੇ ਸੀ। ਤੇ ਅੱਜ ਮਰਜ ਦਾ ਹੁਕਮ ਹੋਇਆ, ਸੰਗਤਾਂ ਨੂੰ ਚਾਹ ਚੜ੍ਹ ਗਿਆ ਵੀ ਸਵੇਰ ਹੁੰਦੇ ਮਾਇਆ ਸਫਲੀ ਕਰਾਂਗੇ, ਗੁਰੂ ਪਾਤਸ਼ਾਹ ਨੇ ਆਪ ਹੁਕਮ ਕੀਤਾ ਏ। ਕਰਿਆ ਗਏ ਬੰਧਨ ਕਰੇ ਇੰਬੂਰੇ ਆ ਗਿਆ ਸਿਰ ਪਰ ਤਰੇ, ਸਾਨੂੰ ਕਹਿੰਦੇ ਭਾਈ ਕੋਈ ਖਾਲੀ ਨਾ ਆਵੇ, ਕਹਿੰਦੇ ਵੀ ਸਾਧ ਬਚਨ ਗੁਰੂ ਕੇ ਸਿੱਖ ਸ਼ਾਮ ਨੂੰ ਘਰੇ ਆਏ, ਕਿਸੇ ਨੇ ਕਿਸੇ ਤੋਂ ਉਧਾਰ ਵੀ ਫੜੇ, ਦੇਖੋ ਲੈਣ ਦੇਣ ਹੁੰਦਾ ਹੈ, ਕਿਸੇ ਨੇ ਕਿਸੇ ਤਰੀਕੇ ਨਾਲ, ਕਿਸੇ ਨੇ ਕਿਸੇ ਤਰੀਕੇ ਨਾਲ, ਪਰ ਗੁਰੂ ਦਾ ਹੁਕਮ ਮੰਨਣਾ ਸਿੱਖ ਦਾ ਫਰਜ਼ ਹੈ।
ਕਹਿੰਦੇ ਜੀ ਪੰਜ ਪੰਜ ਪੈਸੇ ਸਭ ਨੇ ਇਕੱਠੇ ਕਰ ਲਏ, ਪੰਜ ਤੋਂ ਵੱਧ ਵੀ ਕਈਆਂ ਕੀਤੇ ਵੀ ਮਹਾਰਾਜ ਨੇ ਜੇ ਪੰਜ ਆਖਿਆ ਤੇ ਅਸੀਂ ਪੰਜ ਹੀ ਥੋੜਾ ਦੇਣਾ, ਦਸ ਪੈਸੇ ਰੱਖਾਂਗੇ, ਵੀਹ ਪੈਸੇ ਰੱਖਾਂਗੇ, ਪੱਚੀ ਪੈਸੇ ਰੱਖਾਂਗੇ, ਸੋਲਾਂ ਆਨੇ ਰੱਖਾਂਗੇ। ਦੇਖੋ ਉਦੋਂ ਆਨੇ ਚੱਲਦੇ ਸੀ, ਕੌਡੀਆਂ ਚੱਲਦੀਆਂ ਸੀ, ਟਕੇ ਚੱਲਦੇ ਸੀ, ਤੇ ਪੰਜ ਪੈਸੇ ਕਿੱਡੀ ਵੱਡੀ ਰਕਮ ਸੀ। ਕਿਉਂਕਿ ਬਾਬੇ ਮੋਹਰੀ ਜੀ ਨੇ ਇਹ ਆਖਿਆ ਸੀ ਵੀ ਮੈਂ ਤੇ ਕਦੇ ਇੱਕ ਲੱਖ ਟਕਾ ਵਿਖੇ ਨਹੀਂ। ਹੁਣ ਐਡੀ ਵੱਡੀ ਰਕਮ ਦੀ ਕੁਲੈਕਸ਼ਨ ਸੰਗਤ ਹੀ ਹੋ ਸਕਦੀ। ਸਤਿਗੁਰਾਂ ਵਿਖਾਉਣਾ ਸੀ ਵੀ ਪੁੱਤਰਾ ਕੀ ਮੰਗੀ ਹੋਈ ਕੀ ਲੱਭਦਾ ਫਿਰ। ਪਰ ਬਾਬਾ ਮੋਹਰੀ ਜੀ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਵੀ ਜੋ ਮੈਂ ਦਿਲ ਚ ਰੱਖੀਆਂ, ਜੋ ਮੈਂ ਆਪਣੇ ਮਿੱਤਰਾਂ ਨਾਲ ਕੀਤੀਆਂ ਉਹ ਸਤਿਗੁਰ ਜਾਣ ਗਏ ਨੇ। ਨਗਰ ਸੰਗਤਾਂ ਗਈ ਗੋਰਿਆ ਇਸ ਸੁਣ ਸੁਣ ਕਰਤੇ। ਅਗਲਾ ਦਿਨ ਚੜ੍ਹਨ ਵਾਲਾ ਸੀ, ਸਾਰੇ ਗੋਇੰਦਵਾਲ ਸਾਹਿਬ ਵਿੱਚ ਸੰਗਤਾਂ ਨੇ ਇੱਕ ਸਿੱਖ ਨੂੰ ਪਤਾ ਲੱਗਿਆ, ਉਹਨੇ ਦਸ ਨੂੰ ਦੱਸਿਆ, ਜਿਹੜੇ ਨਹੀਂ ਵੀ ਅੱਜ ਆਏ ਸੀ, ਕਹਿੰਦੇ ਕੱਲ ਸਤਿਗੁਰਾਂ ਨੇ ਸੰਗਤਾਂ ਨੂੰ ਹੁਕਮ ਕੀਤਾ ਪੰਜ ਪੈਸੇ ਲੈ ਕੇ ਮੱਥਾ ਟੇਕਣਾ। ਕਹਿੰਦੇ ਸਾਰੇ ਸ਼ਹਿਰ ਨੂੰ ਚਾਅ ਚੜ੍ਹ ਗਿਆ, ਜਿਹਦੇ ਲਈ ਮਾਇਆ ਇਕੱਠੀ ਹੋ ਰਹੀ ਉਹਨੂੰ ਪਤਾ ਕਰ ਨਹੀਂ ਆ ਸਤਿਨਾਮ, ਉਹਨੂੰ ਵੀ ਪਤਾ ਉਹਦੇ ਅੱਜ ਵੀ ਮਿੱਤਰਾਂ ਚ ਬੈਠਾ ਕਹੀ ਜਾਂਦਾ ਬਾਪੂ ਜੀ ਨੇ ਚੰਗਾ ਨਹੀਂ ਕੀਤਾ, ਪਿਤਾ ਸਾਡੇ ਨੇ ਆਹ ਨਹੀਂ ਕੀਤਾ। ਦੁਨੀਆਂ ਦੇ ਅੱਜ ਦੇ ਸਮੇਂ ਵੀ ਕਿਸੇ ਧੀ ਪੁੱਤ ਨੂੰ ਫੜ ਕੇ ਵੇਖੋ, ਉਹ ਸਭ ਤੋਂ ਪਹਿਲਾਂ ਨੁਕਸ ਕੱਢੂ ਮਾਂ ਬਾਪ ਚ, ਮੇਰਾ ਪਿਓ ਚੰਗਾ ਨਹੀਂ, ਮੇਰੀ ਮਾਂ ਚੰਗੀ ਨਹੀਂ, ਮੇਰੇ ਰਿਸ਼ਤੇਦਾਰ ਚੰਗੇ ਨਹੀਂ, ਪੁੱਛੋ ਵੀ ਚੰਗਾ ਕੌਣ ਹੈ, ਕਹਿੰਦਾ ਬਸ ਅਸੂਲਾਂ ਦਾ ਪੱਕਾ ਤੇ ਮੈਂ ਸੱਚਾ ਤੇ ਮੈਂ ਹੀ ਹਾਂ, ਬਾਕੀ ਤੇ ਸਾਰੇ ਕਮਲੇ ਜਿਹਨਾਂ ਨੇ ਤੈਨੂੰ ਪਾਲਿਆ ਤੂੰ ਸਿਆਣਾ। ਹੁਣ ਬਾਬਾ ਮੋਹਰੀ ਜੀ ਆਪਣੇ ਮਿੱਤਰਾਂ ਚ ਬੈਠਾ ਗੱਲ ਕਰਦਾ, ਕਹਿੰਦਾ ਮੇਰਾ ਜੀ ਕਰਦਾ ਮੈਂ ਸਤਿਗੁਰਾਂ ਨੂੰ ਜਾ ਕੇ ਆਖਾਂ ਮਹਾਰਾਜ ਕਦੇ ਮਾਇਆ ਦੇ ਦੇ ਦਿਓ, ਤੁਹਾਡੇ ਮਾਇਆ ਕੰਮ ਨਹੀਂ ਆਉਣੀ, ਸਾਡੀ ਤੇ ਜ਼ਰੂਰਤ ਹੈ। ਪਰ ਉਸ ਭੋਲੇ ਪੁਰਸ਼ ਨੂੰ ਇਹ ਨਹੀਂ ਸੀ ਪਤਾ ਵੀ ਜੋ ਮਨਾ ਤੂੰ ਸੋਚੀ ਬੈਠਾ ਗੁਰਾਂ ਨੇ ਕਰ ਦਿੱਤਾ ਏ। ਉਹ ਤਾਂ ਪ੍ਰਾਂਤ ਤੇ ਸਤਿਗੁਰ ਬੈਸੇ ਆਵੇ ਸਿੱਖ ਭੇਟ ਲੈ ਪੈਸੇ। ਅਜੇ ਅੰਮ੍ਰਿਤ ਵੇਲੇ ਸਤਿਗੁਰੂ ਦਰਬਾਰ ਵਿੱਚ ਬੈਠੇ, ਕਹਿੰਦੇ ਗੁਰੂ ਕੇ ਸਿੱਖ ਲਾਈਨਾਂ ਚ ਖੜੇ, ਕਤਾਰਾਂ ਵਿੱਚ ਖੜੇ, ਪੰਜ ਪੰਜ ਪੈਸੇ ਮੱਥਾ ਟੇਕ ਦੇ ਢੇਰ ਲੱਗ ਗਿਆ ਜੀ ਚਾਂਦੀ ਦੇ ਸਿੱਖਿਆ। ਦੋ ਘੰਟੇ ਬਤੀਤ ਹੋ ਗਏ, ਕਹਿੰਦੇ ਹਜ਼ਾਰਾਂ ਰੁਪਈਆ ਉਸ ਦਰਬਾਰ ਚ ਇਕੱਤਰ ਹੋਇਆ ਏ। ਅੰਤਰ ਆਗੈ ਬੰਧਨ ਠੰਨ ਦਰਸੈ ਸਤਿਗੁਰ ਪ੍ਰੇਮ ਮਹਾਨ। ਸੰਗਤਾਂ ਮਾਇਆ ਰੱਖ ਰੱਖ ਬੜੀਆਂ ਖੁਸ਼ ਹੋ ਰਹੀਆਂ, ਗੁਰੂ ਪਾਤਸ਼ਾਹ ਨੇ ਆਪਣੇ ਮੁਖ ਤੋਂ ਆਖਿਆ ਭਾਈ ਮਾਇਆ ਲੈ ਕੇ ਆਇਓ, ਇੱਥੇ ਸਭ ਲਈ ਹੈ ਸੇਵਾ। ਕਹਿੰਦੇ ਸਿੱਖ ਜਿੱਥੇ ਥਾਂ ਮਿਲਦੀ ਬੈਠ ਰਹੇ ਆ, ਜਿੱਥੇ ਗੋਇੰਦਵਾਲ ਸਾਹਿਬ ਦੀ ਸਾਰੀ ਸੰਗਤ ਆ ਗਈ, ਸਤਿਗੁਰਾਂ ਦੇ ਸਾਹਮਣੇ ਖੜੇ ਸਿੱਖ ਮਾਇਆ ਦੇ ਢੇਰ ਨੂੰ ਖਿਲਾਰਦੇ ਨੇ। ਢੇਰ ਹੀ ਇੰਨਾ ਉੱਚਾ ਲੱਗੀ ਜਾਂਦਾ, ਉਦੋਂ ਨੋਟ ਨਹੀਂ ਸੀ ਚੱਲਦੇ ਕਾਗਜ਼ਾਂ ਦੇ, ਸਿੱਕੇ ਹੁੰਦੇ ਸੀ ਤਾਂਬੇ ਦੇ, ਲੋਹੇ ਦੇ, ਸੋਨੇ ਦੇ, ਚਾਂਦੀ ਦੇ। ਮੁਗਲ ਕਾਲ ਦੀਆਂ ਮੋਹਰਾਂ ਤੁਸੀਂ ਅੱਜ ਵੀ ਵੇਖੋਗੇ ਨਾ, ਉਹਨਾਂ ਉੱਤੇ ਸਾਈਨ ਕੀਤੇ ਹੁੰਦੇ ਸੀ, ਉਹਨਾਂ ਦੀਆਂ ਬਾਦਸ਼ਾਹਾਂ ਦੀਆਂ ਫੋਟੋਆਂ ਹੁੰਦੇ ਧਾਤਾਂ ਦੇ ਸੀ ਉਹ। ਕਹਿੰਦੇ ਸਤਿਗੁਰਾਂ ਦੇ ਦਰਬਾਰ ਵਿੱਚ ਕੁਝ ਘੰਟਿਆਂ ਵਿੱਚ ਮਾਇਆ ਦੀ ਢੇਰੀ ਲੱਗ ਗਈ। ਸ਼੍ਰੀ ਪ੍ਰਭੂ ਵੈਸੇ ਲੱਗਿਓ ਢੇਰ ਪਾਏ ਬਹੁ ਪੈਸੇ। ਇੱਕ ਪਹਿਰ ਸਤਿਗੁਰੂ ਬੈਠੇ ਰਹੇ, ਇੱਕ ਪਹਿਰ ਕਿਹਦੇ ਲਈ, ਪੁੱਤਰ ਲਈ, ਪੁੱਤਰ ਦਾ ਘਰ ਭਰਨ ਵਾਸਤੇ ਨਹੀਂ, ਅਕਲ ਸਿਖਾਉਣ ਵਾਸਤੇ। ਗੁਰੂ ਸਾਹਿਬ ਨੇ ਕਦੇ ਵੀ ਧੀਆਂ ਪੁੱਤਾਂ ਦਾ ਮੋਹ ਨਹੀਂ ਕੀਤਾ, ਜੈਸੇ ਸਿੱਖ ਉਹ ਜੇ ਪੁੱਤਰ ਦੇ ਸਿੱਖਾਂ ਨੂੰ ਪ੍ਰੇਮਤ ਕਰਦੇ ਸੀ। ਤਿੰਨ ਘੰਟੇ ਬਤੀਤ ਹੋਏ, ਮਾਇਆ ਦੀ ਢੇਰੀ ਲੱਗ ਗਈ, ਫਿਰ ਵੀ ਸਤਿਗੁਰੂ ਬੈਠੇ ਰਹੇ। ਆਵਾਜ਼ ਦਿੱਤੀ, ਕਹਿੰਦੇ ਭਾਈ ਕੋਈ ਸਿੱਖ ਰਹਿ ਨਾ ਜਾਵੇ,
ਕਿਸੇ ਕੋਲ ਮਾਇਆ ਰਹਿ ਗਈ, ਕਿਸੇ ਨੇ ਅਜੇ ਨਹੀਂ ਮੱਥਾ ਟੇਕਿਆ, ਉਹ ਵੀ ਚੱਲ ਕੇ ਆਵਣ। ਮੋਰੀ ਕੋ ਬੁਲਵਾਏਵ, ਟੇਕ ਬਚਾਏ ਕਰ ਪੁਨ ਸਮਝਾਏਵ। ਤੇ ਬਾਬਾ ਮੋਰੀ ਜੀ ਨੂੰ ਸਤਿਗੁਰਾਂ ਨੇ ਹੁਕਮ ਭੇਜਤਾ, ਕਹਿੰਦੇ ਜਾਓ ਭਾਈ ਬੱਲੂ ਜੀ ਬੁਲਾ ਕੇ ਲੈ ਕੇ ਆਓ। ਤੇ ਬਾਬਾ ਮੋਰੀ ਜੀ ਡਰ ਗਏ। ਦੇਖੋ, ਸੋ ਡਰੇ ਜੇ ਪਾਪ ਕਮਾਉਂਦਾ, ਜਿਹਨੇ ਕਿਸੇ ਦੇ ਬਾਰੇ ਕੋਈ ਬੁਰਾਈ ਕੀਤੀ ਹੋਊਗੀ ਤੇ ਜਿਹਦੀ ਕੀਤੀ ਜੋ ਬੁਲਾ ਲਵੇ ਤੇ ਡਰ ਪੈ ਜਾਂਦਾ ਯਾਰ, ਕਿਤੇ ਕਿਸੇ ਨੂੰ ਕੁਛ ਦੱਸਦਾ ਨਹੀਂ ਦਿੰਦਾ। ਮੈਂ ਬੜਿਆਂ ਕੋ ਗੱਲਾਂ ਕੀਤੀਆਂ, ਕਿਤੇ ਗੱਲ ਤੇ ਨਹੀਂ ਚਲੀ ਗਈ। ਬਾਬਾ ਮੋਰੀ ਜੀ ਡਰਦੇ ਡਰਦੇ ਦਰਬਾਰ ਜਾਊ। ਦੇਖਿਆ ਬੜੀ ਮਾਇਆ ਮਹਾਰਾਜ ਕੋਲ ਪਈ, ਮਨ ਬੇਈਮਾਨ ਹੋ ਗਿਆ। ਇਹਦਾ ਵੇਖ ਐਡੇ ਐਡੇ ਢੇਰ ਲੱਗਦੇ ਨੇ, ਮਜਾਲ ਆ ਕਦੇ ਪੁੱਤਾਂ ਨੂੰ ਦੇ ਦੇਣਾ। ਸਤਿਨਾਮ ਮਨ ਚ ਸੋਚਦੇ ਆ ਪਰ ਅੰਤਰ ਜਾਣੀ ਤੇ ਜਾਣਦੇ ਆ। ਗੁਰੂ ਸਾਹਿਬ ਦਾ ਵੇਖ ਕੇ ਬਾਬਾ ਮੋਰੀ ਜੀ ਮੁਸਕਰਾ ਪਏ, ਕਹਿੰਦੇ ਆਓ ਪੁੱਤਰ ਜੀ ਆਇਆ, ਆਓ ਜੀ ਬੈਠੋ ਬੋਲੇ। ਬਾਬਾ ਮੋਰੀ ਬੜਾ ਖੁਸ਼ ਹੈ, ਕਹਿੰਦਾ ਜਿੰਨੇ ਖੁਸ਼ ਮਹਾਰਾਜ ਅੱਜ ਲੱਗਦੇ ਮੈਨੂੰ ਲੱਗਦਾ ਮਾਇਆ ਦੀ ਨਹੀਂ। ਵੇਖੋ ਲੈਣ ਵੇਲੇ ਹਰ ਪਤਾ ਬਹੁਤ ਚੰਗਾ ਬਣਿਆ ਹੁੰਦਾ ਜੀ। ਕਿਸੇ ਨੇ ਤੁਹਾਡੇ ਤੋਂ ਉਧਾਰ ਪੈਸੇ ਲੈਣੇ ਹੋਣ ਨਾ, ਉਹ ਬੰਦਾ ਤੁਹਾਨੂੰ ਇਹ ਕਹਿੰਦਾ ਤੂੰ ਪੈਸੇ ਦੇ, ਤੈਨੂੰ ਸਵੇਰੇ ਮੋੜੂ, ਕਾਹਨੂੰ ਦੇ ਜਾਣੇ ਮੈਂ। ਅਸੀਂ ਲੈ ਕੇ ਭੱਜ ਚੱਲੇ, ਅਸੀਂ ਤੇ ਤੁਹਾਡੇ ਆਪਣੇ ਆ, ਸਾਡੀ ਤੇ ਬਹੁਤ ਪੁਰਾਣੀ ਬਣਦੀ ਹੈ। ਤੇ ਜਦੋਂ ਮਹੀਨਾ ਲੰਘ ਗਿਆ, 6 ਮਹੀਨੇ ਲੰਘ ਗਏ, ਉਦੋਂ ਪੁੱਛੋ ਵੀ ਯਾਰ ਮੈਂ ਤੇਰੇ ਤੇ ਭਰੋਸਾ ਕੀਤਾ, ਤੂੰ ਮੇਰਾ ਰਿਸ਼ਤੇਦਾਰ ਹੈ, ਤੂੰ ਫਲਾਣਾ ਲੱਗਦਾ, ਉਦੋਂ ਫਿਰ ਨਹੀਂ ਕਹਿੰਦਾ ਮੇਰੀ ਵੱਖ ਵੀ ਦੇਣਾ। ਹੁਣ ਲੋਕ ਸਾਡੇ ਬਾਰੇ ਕੀ ਕਹਿਣਗੇ? ਲੈਣ ਵੇਲੇ ਹਰ ਬੰਦਾ ਹੋਰ ਹੁੰਦਾ ਤੇ ਦੇਣ ਵੇਲੇ ਕੁਛ ਹੋਰ। ਤੁਸੀਂ ਕਦੇ ਕਿਸੇ ਦੁਕਾਨਦਾਰ ਕੋਲ ਚਲੇ ਜਾਓ, ਪਹਿਲੀ ਵਾਰੀ ਜਾਓਗੇ ਤੁਹਾਨੂੰ ਜੂਸ ਵੀ ਪਿਲਾਊਗਾ, ਕੌਫੀ ਵੀ ਪਿਲਾਊਗਾ। ਤੁਸੀਂ ਇੱਕ ਸ਼ਬਦ 10 ਵਾਰ ਰਿਪੀਟ ਕਰੋ, ਸੁਣੂਗਾ ਹੱਸ ਕੇ, ਹੁਣ ਪਤਾ ਗਾਹਕ ਆ। ਤੁਸੀਂ ਇੱਕ ਕੱਪੜਾ 10 ਵਾਰੀ ਕੱਢ ਕੇ ਵੇਖ ਲਓ, ਗੁੱਸਾ ਨਹੀਂ ਕਰਨਾ, ਪਰ ਦੂਜੀ ਵਾਰ ਤੁਸੀਂ ਕੱਪੜਾ ਮੋੜਨਾ ਜੋ ਵੀ ਪੈਸੇ ਮੋੜ ਦੇ, ਜੇ ਉਹ ਤੁਹਾਡੇ ਵੱਲ ਵੇਖ ਜੇ ਤੇ ਮੇਰਾ ਨਾਮ ਬਦਲ ਗਿਆ। ਤੁਸੀਂ ਇੱਕ ਪੂੰਜੇ ਲੱਗੇ ਖੜਾ ਹੋਣਾ, ਉਹ ਕਹਿੰਦਾ ਜੀ ਰੁਕ ਜੋ ਗਾਹਕ ਆ ਗਿਆ, ਫਿਰ ਗੱਲ ਕਰਦਾ। ਉਹੀ ਬੰਦਾ ਜਿਹੜਾ ਤੁਹਾਡੇ ਆਇਆ ਹੱਥ ਜੋੜੀ ਫਿਰਦਾ ਸੀ, ਤੁਹਾਡੀ ਆਪਣੀ ਦੁਕਾਨ ਹੈ, ਹੁਣ ਦੁਕਾਨ 'ਚ ਖੜਦਾ ਵੀ ਉਹ ਚੰਗਾ ਨਹੀਂ ਲੱਗਦਾ। ਵਕਤ ਵਕਤ ਦੀਆਂ ਗੱਲਾਂ, ਇਨਸਾਨ ਦੀ ਫਿਤਰਤ ਐਸੀ। ਬਾਬਾ ਮੋਰੀ ਜੀ ਮੱਥਾ ਟੇਕ ਕੇ ਬਹਿਣ ਲੱਗੇ, ਇਹਨਾਂ ਥੋੜ੍ਹੇ ਮਨ 'ਚ ਖਿਆਲ ਆਇਆ ਵੀ ਜੇ ਕਿਤੇ ਆਹ ਮਾਇਆ ਮਿਲ ਜੇ। ਗੁਰੂ ਸਾਹਿਬ ਕਹਿੰਦੇ ਪੁੱਤਰ ਤੇਰੇ ਲਈ ਵੇਖ ਅਸੀਂ ਕਿੰਨੀ ਮਾਇਆ ਕੱਢੀ। ਬਾਬੇ ਮੋਰੀ ਦਾ ਚਿਹਰਾ ਵੇਖਣ ਵਾਲਾ ਸੀ, ਉਹ ਕਹਿੰਦਾ ਬਾਪੂ ਜੁਗ ਜੁਗ ਜੀ ਸਤਨਾਮ, ਮੇਰੀ ਉਮਰ ਤੈਨੂੰ ਲੱਗਦੇ ਪਿਤਾ ਜੀ ਇੰਨੇ ਖੁਸ਼ ਹੋ ਗਏ। ਤੁਸੀਂ ਵੇਖੋ ਰਿਸ਼ਤੇ ਨਾਤੇ ਕਹਿੰਦੇ ਆ, ਕਿਸੇ ਵੀ ਰਿਸ਼ਤੇ 'ਚੋਂ ਪੈਸਾ ਖਿੱਚ ਲਓ, ਤੁਸੀਂ ਰਿਸ਼ਤਾ ਨਿਭਾ ਕੇ ਵਿਖਾ ਦਿਓ, ਮੰਨ ਜਾਂਦੇ। ਪਤੀ ਪਤਨੀ ਦਾ ਰਿਸ਼ਤਾ ਨੇੜੇ ਆ ਨਾ, ਪਤੀ ਕੋਲ ਪੈਸਾ ਮੁੱਕ ਜੇ ਪਤਨੀ ਭੱਜ ਜਾਂਦੀ, ਪਤਨੀ ਕੋਲ ਮੁੱਕ ਜੇ ਪਤੀ ਭੱਜ ਜਾਂਦਾ, ਰੌਲਾ ਹੀ ਪੈਸੇ। ਮਾਪਿਆਂ ਕੋਲ ਪੈਸਾ ਨਾ ਹੋਵੇ, ਔਲਾਦ ਘਰ ਛੱਡ ਕੇ ਮਿੱਤਰਾਂ ਨਾਲ ਫਲੈਟ ਤੇ ਰਹਿਣ ਲੱਗ ਜਾਂਦੀ ਹੈ ਵੀ ਨਾ ਨਾ ਕੰਮ ਕਰਾਂਗੇ, ਇਹਨਾਂ ਕੋਲ ਕੀ ਹੈ? ਕਿਸੇ ਰਿਸ਼ਤੇ 'ਚੋਂ ਪੈਸਾ ਖਿੱਚੋ ਤੁਹਾਡਾ ਕੋਈ ਨਹੀਂ ਹੈ, ਮਾਇਆ ਕਰਕੇ ਰਿਸ਼ਤੇ ਜੁੜੇ ਚ ਡਿੱਗ ਜਾਂਦੇ ਔਖੇ ਸੌਖੇ। ਬਾਬਾ ਮੋਰੀ ਬੜੇ ਖੁਸ਼ ਹੋਏ, ਮਹਾਰਾਜ ਨੂੰ ਮੱਥਾ ਟੇਕਿਆ। ਸਤਿਗੁਰੂ ਕਹਿੰਦੇ ਪੁੱਤਰ ਅੱਜ ਜਿੰਨੀ ਮਾਇਆ ਗਿਣ ਲਏਗਾ ਓਨੀ ਤੇਰੀ ਆਖੋ ਸਤਨਾਮ। ਸਾਰੀਆਂ ਕੀ ਕਹਿਤਾ, ਜਿੰਨੀ ਗਿਣ ਲਏ ਓਨੀ ਤੇਰੀ। ਅੱਜ ਵਰਗਾ ਵੀ ਦਿਲ ਹੋ ਸਕਦਾ ਸੰਭਾਲਣਾ? ਜਿਸ ਮਾਇਆ ਪਿੱਛੇ ਤਰਲੇ ਕੀਤੇ, ਮਿਹਨਤਾਂ ਕੀਤੀਆਂ, ਅੱਜ ਅਨਲਿਮਿਟਡ ਚੁੱਕਲਾ ਕਹਿੰਦੇ ਨੇ ਚੁੱਕੀ ਜਾਂਦੀ। ਬਾਬਾ ਮੋਰੀ ਚੁੱਕਣ ਲਈ ਨੇੜੇ ਆਏ, ਸਤਿਗੁਰੂ ਕਹਿੰਦੇ ਐਦਾਂ ਨਹੀਂ ਚੁੱਕਣੀ, ਗਿਣ ਕੇ ਚੁੱਕ। 1 ਲੱਖ ਟਕਾ ਪੂਰਾ ਕਰ ਲੈ। ਹੈਰਾਨ, 1 ਲੱਖ ਟਕਾ ਗੁਰੂ ਸਾਹਿਬ ਮੈਨੂੰ ਦੇ ਰਹੇ ਆ,
ਕਦੇ ਅੱਜ ਤੱਕ ਮਰਦ ਨੇ ਫੁੱਟੀ ਕੌੜੀ ਸਾਨੂੰ ਨਹੀਂ ਦਿੰਦੀ। ਉਹ ਜਾਣਦੇ ਸੀ ਜ਼ਹਿਰ ਹੈ ਗੁਰੂ ਘਰ ਦੀ। ਕੋਈ ਮਾਂ ਬਾਪ ਆਪਣੇ ਬੱਚਿਆਂ ਨੂੰ ਜ਼ਹਿਰ ਨਹੀਂ ਦਿੰਦਾ। ਕੋਈ ਬੇਈਮਾਨੀ ਠੱਗੀ ਕਰਦਾ ਹੋਵੇ ਨਾ, ਉਹ ਕਦੇ ਵੀ ਉਹ ਪੈਸਾ ਆਪਣੇ ਬੱਚਿਆਂ ਨੂੰ ਨਹੀਂ ਦਿੰਦਾ। ਕਹਿੰਦਾ ਪੁੱਤ ਇਹ ਬੇਈਮਾਨੀ ਦਾ ਪੈਸਾ ਤੁਸੀਂ ਨਹੀਂ ਵਰਤਣਾ, ਹੱਥਰੀ ਕਮਾਈ ਕਰੋ ਆਪਣੀ। ਪਹਿਲਾ ਚੰਗਾ ਮਾਂ ਬਾਪ ਤੇ ਕਰਦੇ ਹੀ ਨਹੀਂ ਹੋ। ਗੁਰੂ ਪਾਤਸ਼ਾਹ ਕਹਿੰਦੇ ਬਾਬਾ ਮੋਹਰੀ ਜੀ ਜਿੰਨੀ ਮਾਇਆ ਗਿਣ ਸਕਦੇ ਇਕੱਲੇ ਬਹਿ ਕੇ, ਸਿੱਖ ਨਹੀਂ ਲਾਉਣਾ ਕੋਈ ਨਾਲ, ਹੈਲਪਰ ਨਹੀਂ ਲਾਉਣਾ, ਗਿਣ ਗਿਣ ਕੇ ਝੋਲੀਆਂ ਭਰ ਲਵੋ। ਇਨਕੋ ਗਿਣ ਕਰ ਲਿਓ ਸੰਭਾਰੀ ਖਰਚੋ ਜੇਠਾ ਕਾਹੇ ਤੁਮਾਰੀ। ਅਗਲਾ ਬਚਨ ਗੁਰੂ ਸਾਹਿਬ ਨੇ ਹੋਰ ਆਖਿਆ, ਕਹਿੰਦੇ ਪੁੱਤ ਅਸੀਂ ਤੇਰੇ ਤੋਂ ਕੋਈ ਹਿਸਾਬ ਕਿਤਾਬ ਨਹੀਂ ਲੈਣਾ। ਜਿੰਨੀ ਮਾਇਆ ਅੱਜ ਲੈ ਜਾਏਗਾ ਖਾ ਖਰਚ ਰਲ ਉੜਾ, ਸਾਨੂੰ ਕੋਈ ਲੈਣ ਦੇਣ ਨਹੀਂ। ਆਖੋ ਸਤਨਾਮ। ਮਾਂ ਬਾਪ ਤੇ ਲੋਕ ਅੱਜ ਵੀ ਇੱਦਾਂ ਦੀ ਲੱਗਦੇ ਵੀ ਬਾਪੂ ਪੈਸੇ ਦੇ ਕੇ ਹਿਸਾਬ ਨਾ ਪੁੱਛੇ, ਫਿਰ ਤੇ ਬਹੁਤ ਗ੍ਰੇਡ ਪਿਓ ਹੈ। ਮਾਂ ਪੈਸੇ ਦੇ ਕੇ ਹਿਸਾਬ ਹੀ ਨਾ ਪੁੱਛੇ ਤੇ ਚੰਗੀ ਬਹੁਤ ਹੈ, ਬਿਰਤੀ ਹੈ। ਤੇ ਜੇ ਮਾਂ ਬਾਪ ਹਿਸਾਬ ਪੁੱਛਣਗੇ ਕਿੱਥੇ ਗਿਆ ਸੀ ਉਹਨੇ, ਐਡਾ ਸਮਾਂ ਕਿੱਥੇ ਲੱਗ ਗਿਆ, ਕਿਉਂ ਗਿਆ ਸੀ, ਉਹ ਕਹਿੰਦੇ ਯਾਰ ਮੇਰਾ ਪਿਓ ਚੱਜ ਦਾ ਨਹੀਂ, ਮੇਰੀ ਮਾਂ ਚੱਜ ਦੀ, ਕਿਉਂਕਿ ਸਾਨੂੰ ਬੁਰੇ ਕੰਮਾਂ ਤੋਂ ਰੋਕਦੇ ਆ। ਬਾਬਾ ਮੋਹਰੀ ਤੇ ਇੰਨੇ ਖੁਸ਼ ਹੋ, ਅੱਜ ਤੱਕ ਕਦੇ ਖੁਸ਼ ਨਹੀਂ ਹੋਏ। ਹੁਣ ਤੇ ਜੀ ਕਰਦਾ ਮਿੱਤਰਾਂ ਤੇ ਪੈਸੇ ਲੁਟਾਵਾਂ, ਜਿਨ੍ਹਾਂ ਮੈਨੂੰ ਆਖਿਆ ਸੀ ਤੇਰੇ ਪਿਤਾ ਨੂੰ ਸਮਝਾਵਾਂਗੇ ਦੱਸਾਂਗੇ, ਅੱਜ ਦੱਸਣਾ ਵੀ ਬਾਪੂ ਮੇਰੇ ਨੇ ਮੈਨੂੰ 1,00,000 ਡਾਲਰ ਦਿੱਤਾ। ਨਾਲ ਭਰੇਗਾ, ਫਿਰਦੀ ਤੇ ਫਿਰਦੀ ਹੈ। ਕਹਿੰਦੀ ਜੀ ਭਰੇ ਦਰਬਾਰ, ਉਹਨਾਂ ਸੰਗਤ ਨਹੀਂ ਦੇਖੀ, ਸਿੱਕੇ ਗੰਨੇ ਸ਼ੁਰੂ ਕਰਦੇ, ਲਾਲਚ ਹੁੰਦਾ ਨਾ, ਅੰਨਾ ਕਰ ਦਿੰਦਾ, ਬੰਦੇ ਨੂੰ ਲੱਗਦਾ ਮੈਨੂੰ ਕਿਹੜਾ ਕੋਈ ਦੇਖਦਾ ਹੈ। ਕਦੇ ਠੱਗ ਨੂੰ ਵੇਖ ਲਿਓ, ਬੇਈਮਾਨ ਨੂੰ ਵੇਖ ਲਿਓ, ਰਿਸ਼ਤੇਦਾਰਾਂ ਨੂੰ ਕਹਿੰਦੇ ਬਖਸ਼ ਤਾਂ ਲੁੱਟੀ ਜਾਂਦਾ, ਕਹਿੰਦੇ ਕਿਹੜਾ ਪਤਾ ਪੈਸਾ ਹੁੰਦਾ। ਬਾਬਾ ਮੋਹਰੀ ਜੀ ਨੇ ਫਟਾਫਟ ਸਿੱਕੇ ਗਿਣਨੇ ਸ਼ੁਰੂ ਕੀਤੇ ਹਜ਼ਾਰਾਂ ਦੇ ਹਿਸਾਬ ਨਾਲ। ਮਾਇਆ ਗਿਣ ਲਈ ਹੈ ਮਾਨ ਪਾਕ ਤਬ ਗਿਣ ਵੇ ਲਾਗਾ, ਪਏ ਬ੍ਰਿੰਦ ਦੇਖਤ ਅਨੁਰਾਗਾ। ਅੱਖਾਂ ਦਾ ਭਰ ਰੱਜਣ ਦਾ ਢੇਰ ਵੇਖ ਕੇ ਇੰਨੇ ਨੂੰ ਸੰਗਤ ਹੋਰ ਰੱਖੀ ਜਾਏ, ਵੀ ਅੰਦਰੋਂ ਬੜਾ ਖੁਸ਼ ਹੈ ਸੱਚੇ ਪਾਤਸ਼ਾਹ, ਬਸ ਕਿਰਪਾ ਵਰਤਾਈ। ਚਲੋ ਆਖੋ ਸਤਨਾਮ। ਹੱਥ ਭਰ ਭਰ ਮਾਇਆ ਖਿੱਚੇ ਤੇ ਗਿਣ ਗਿਣ ਰੱਖੀ ਜਾਵੇ, ਇੱਕ ਪਾਸੇ ਗਿਣ ਗਿਣ ਕੇ ਸਿੱਖ ਵੇਖੀ ਜਾਣਾ। ਗੁਰੂ ਪੁੱਤਰ ਦਾ ਸਬਰ ਸੰਤੋਖੀ ਹੈ ਨੀ, ਪਰ ਬਾਬਾ ਮੋਹਰੀ ਨੂੰ ਥੋੜਾ ਕੋਈ ਫਰਕ ਹੈ। ਮਹਾਰਾਜ ਨੇ ਕਿਹਾ ਵੀ ਪੁੱਤ ਤੇ ਤੂੰ ਹਿਸਾਬ ਕੋਈ ਨੀ ਲੈਣਾ, ਖਾ ਖਰਚ ਰਲ ਜੋ ਮਰਜ਼ੀ ਕਰ, ਤੇਰੀ ਮਾਇਆ। ਕਹਿੰਦੇ ਜਿਉਂ ਲੱਗੇ ਪਸੀਨਾ ਆ ਗਿਆ। ਮਾਇਆ ਦੇਖੋ, ਮਾਇਆ ਦੀ ਗਰਮੀ ਐਸੀ ਹੈ ਬੰਦੇ ਨੂੰ ਪਸੀਨਾ ਆਉਣ ਲੱਗ ਜਾਂਦਾ ਏ। ਆ ਤੁਸੀਂ ਨਾ ਮਾਲਾ ਫੜ ਕੇ ਬਹਿ ਜਾਓ ਗੁਰਦਾ ਸਾਹਿਬ, ਤੁਸੀਂ ਤਾਂ ਇਹ ਕਹੋਗੇ ਬਾਬਾ ਜੀ ਪਾਠ ਚ ਮਨ ਨਹੀਂ ਲੱਗਦਾ, ਕਹਿਣ ਤੇ ਕਿਸੇ ਬੁੱਢੇ ਨੂੰ ਅੱਖਾਂ ਤੇ ਐਨਕ ਲੱਗੀ 1,00,000 ਦੀ ਗੱਡੀ ਫੜਾ ਦਿਓ। ਮਾਇਆ ਦੀ ਬਜ਼ੁਰਗ ਨੂੰ ਹੋ ਗਏ, ਚਲੋ ਨੌਜਵਾਨ ਦੀ ਗੱਲ ਚੱਲੋ। ਮੈਂ ਕਹਿੰਦਾ ਮਜਾਲ ਹੈ ਜੇ 1 ਸਕਿੰਟ ਵੀ ਬਾਪੂ ਦਾ ਉਧਰ ਹੋ ਰਹੇ ਸਤਨਾਮ। ਜੇ ਗੁਰੂ ਘਰ ਬੈਠੇ ਆ, ਕਹਿੰਦੇ ਬਾਬਾ ਜੀ ਜਪਜੀ ਸਾਹਿਬ ਕਰਨਾ ਬਹੁਤ ਔਖਾ ਹੈ, ਪਾਠ ਹੀ ਨਹੀਂ ਹੁੰਦਾ ਜੀ, ਨੀਂਦ ਆ ਜਾਂਦੀ ਹੈ। ਅੱਜ ਤੱਕ ਦੁਨੀਆ ਚ ਨੋਟ ਗਣਦਾ ਬੁੱਢਾ ਨੌਜਵਾਨ ਮੈਂ ਕਦੇ ਸੁੱਤਾ ਨਹੀਂ ਵੇਖਿਆ, ਸਤਨਾਮ। ਲੋਕ
ਬਾਬਾ ਮੋਹਰੀ ਜਿਉਂ ਲੱਗਾ ਸਿੱਕੇ ਗਿਣ, ਰਫਤਾਰ ਇੰਨੀ ਫੜੀ ਹੋਈ ਹੈ ਕਿ ਅੱਜ ਜੋ ਮਿਲ ਗਿਆ ਮਾਲ ਆਪਣੀਐ। ਸੰਖਿਆ ਕਰ ਕਰਤੇ ਕਰ ਕਾਰੀ ਬਹੁਤ ਭਖਾਰੀ ਬਿਨ ਉਤਾਰੀ। ਕਹਿੰਦੇ 1,00,000 ਟਕਾ ਪੂਰਾ ਕਰ ਲਿਆ ਗਿਣ ਕੇ, ਪਸੀਨਾ ਪਸੀਨੀ ਹੋਏ ਭਾਈ। ਇੱਕ ਗੱਲ ਹੋਰ ਦੱਸਾਂ ਤੁਹਾਡੇ ਨੂੰ, ਤੁਹਾਨੂੰ ਨਾ ਕੋਈ ਆ ਕੇ 2,00,000 ਫੜਾ ਦੇ ਵੀ ਇਹ ਤੇਰੇ ਆ, ਗਿਣ ਲਾ। ਮਜ਼ਾਲ ਹੈ ਏਸੀ ਚੱਲਦਾ ਜਾਂ ਪੱਖਾ ਬੰਦ, ਫਰਕ ਹੀ ਨਹੀਂ ਪੈਣਾ। ਨਾ ਗਰਮੀ ਲੱਗੇਗੀ ਨਾ ਲੱਗੇ ਠੰਡ, ਕਮਾਲ ਹੈ ਹਿਮਾਇਆ। ਨੋਟਾਂ ਕੀ ਗਰਮੀ ਸਰਦੀ ਐਸੀ ਹੈ, ਮਨ ਨੂੰ ਲੱਗੀ, ਮਨ ਇੰਨਾ ਕੁ ਜੁੜਿਆ ਹੋਇਆ ਬੰਦਾ ਉਦੋਂ ਹੀ ਦੇਖਦਾ ਵੀ ਘਰ ਵਾਲਾ ਬਾਹਰ ਹੈ। ਘਰ ਵਾਲੀ ਤਾਂ ਨੀ ਇੱਧਰ ਨੂੰ ਆਉਂਦੀ, ਇੱਧਰਲੇ ਪਾਸੇ ਐ ਚੱਲ ਤਾਰ 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 ਇੱਕ ਅੰਦਰ ਮਨ ਨਾਲ ਦੇਖੇ ਭਾਵੇਂ ਨਾ ਦੇਖੇ, ਨੋਟਾਂ ਨੂੰ ਧਿਆਨ ਬਾਹਰ ਹੈ। ਮਜਾਲ ਆ ਜੇ ਇੱਕ ਨੋਟ ਵੀ ਵੱਧ ਗਿਣਿਆ ਜਾਵੇ ਘੱਟ ਜਾਵੇ ਬਿਨਾਂ ਦੇਖੇ, ਐਡਾ ਮਨ ਇਕਾਗਰ ਹੁੰਦਾ ਹੈ, ਐਡੀ ਇਕਾਗਰਤਾ ਹੈ ਮਾਇਆ ਚ। ਤੇ ਰੱਬ ਦਾ ਨਾਂ ਜਪਣ ਵੇਲੇ, ਕਥਾ ਸੁਣਨ ਵੇਲੇ, ਕੀਰਤਨ ਸੁਣਨ ਵੇਲੇ ਲੋਕਾਂ ਦੇ ਗੋਡੇ ਦੁਖਦੇ ਆ ਕਿ ਨੋਟ ਗਿਣਦਿਆਂ ਕਿਸੇ ਦਾ ਗੋਡਾ ਮੋਢਾ ਕਦੇ ਦੁਖਦਾ ਹੀ ਨਹੀਂ ਆ। ਖੁਸ਼ਾ ਦਾ ਨਾਮ ਪਤਾ ਨਹੀਂ ਕਿਹੜੀ ਪਿੰਡ ਹੈ। ਬਾਬਾ ਮੋਹਰੀ ਜੀ ਪਸੀਨੇ ਨਾਲ ਭਿੱਜਿਆ ਹੋਇਆ, 1,00,000 ਟਕਾ ਗਿਣੇ ਆ, ਕਦੇ ਦਿਹਾੜੀ ਆ ਕਿਹੜਾ ਪਤਾ ਲੱਗਦਾ ਕਿਸੇ ਨੂੰ। ਹੁਣ ਹੱਥ ਹੋ ਗਏ ਕਾਲੇ, ਚਾਂਦੀ ਦਾ ਸੁਭਾਅ ਹੈ ਕਾਲਖ ਛੱਡਣਾ, ਸਿੱਕੇ ਚਾਂਦੀ ਦੇ ਸੀ। ਕਹਿੰਦੇ ਪਸੀਨਾ ਆਇਆ ਘਰੇ, ਉੱਠੇ ਹੱਥ ਨਾਲ ਸਾਫ਼ ਕਰ ਲਿਆ ਕਰੇ। ਮਰਦ ਵੇਖੀ ਜਾਣ, ਸਤਿਗੁਰੂ ਕਹਿੰਦੇ ਪੁੱਤਰ ਸਾਰੇ ਤੇਰੇ ਆ, 1,00,000 ਕਰ ਲਾ, 2,00,000 ਕਰ ਲਾ, ਤੈਨੂੰ ਅੱਜ ਕੁਝ ਵੀ ਵਾਪਸ ਲੈਣਾ ਨਹੀਂ। ਸ੍ਰੀ ਅਮਰਦਾਸ ਬਚ ਕਰਿਓ, ਧਨ ਕੋ ਤੁਮ ਸੁਭਾਪੀ ਲਹਿਓ। ਕਹਿੰਦੇ ਬਾਬਾ ਮੋਹਰੀ ਜੀ ਨੇ ਜੀ ਜਦੋਂ ਨੋਟ ਗਿਣੇ, ਸਿੱਕੇ ਗਿਣੇ, ਗਿਣ ਗਿਣ ਕੇ ਹੱਥ ਹੋ ਗਏ ਕਾਲੇ, ਪਸੀਨਾ ਆਇਆ ਉਹ ਵੀ ਕਾਲਾ, ਮੂੰਹ ਕਾਲਾ ਕਰ ਲਿਆ, ਸਿੱਖ ਲੱਗ ਗਏ ਹੱਸਣ। ਕਹਿੰਦਾ ਹੱਸਦੇ ਭਾਈ ਤੁਸੀਂ? ਮਰਦ ਕਹਿੰਦੇ ਭਾਈ ਵੱਲੋਂ ਜੀ ਸ਼ੀਸ਼ਾ ਲੈ ਕੇ ਆਓ। ਵੱਡਾ ਸਾਰਾ ਸ਼ੀਸ਼ਾ ਲਿਆ ਕੇ ਸਤਿਗੁਰੂ ਕਹਿੰਦੇ ਪੁੱਤਰ ਲੋਕ ਕਿਉਂ ਹੱਸਦੇ ਨੇ, ਜਿਹੜਾ ਚਿਹਰਾ ਵੇਖਦਾ। ਬਾਬਾ ਮੋਹਰੀ ਜੀ ਨੂੰ ਚਿਹਰਾ ਵਿਖਾਇਆ, ਕਹਿੰਦੇ ਉਹ ਕਾਲਾ ਹੋਇਆ ਪਿਆ। ਸੁਭਾਵਕ ਹੈ ਸਿੱਕੇ ਗਣੇ, ਹੱਥ ਕਾਲੇ ਹੋ ਗਏ ਜਿੱਥੇ ਪਸੀਨਾ ਨਿਸ਼ਾਨਦੇ। ਮਰਦ ਕਹਿੰਦੇ ਵੇਖ ਪੁੱਤਰ ਮੂੰਹ ਕਿੱਦਾਂ ਲੜਦਾ, ਨੀਵਾ ਕਰ ਲਿਆ ਸੀ। ਸਤਿਗੁਰੂ ਕਹਿੰਦੇ ਪੁੱਤ ਮਾਇਆ ਗਿਣਦਾ, ਸਿਰ ਕਿਉਂ ਨੀਵਾ ਕੀਤਾ, ਸ਼ਾਨਣ ਉੱਚਾ ਕਰ। ਕਹਿੰਦਾ ਪਿਤਾ ਜੀ ਨੂੰ ਕਾਲਾ ਜਿਹਾ ਹੋ ਗਿਆ। ਗੁਰੂ ਸਾਹਿਬ ਕਹਿੰਦੇ ਪੁੱਤਰਾ ਸੋਚ ਕੇ ਵੇਖ, ਜਿਸ ਮਾਇਆ ਨੇ ਮੂੰਹ ਕਾਲਾ ਕੀਤਾ, ਇਸ ਮਾਇਆ ਨਾਲ ਪ੍ਰੀਤ ਕਰਨ ਵਾਲੇ ਦਾ ਮਨ ਕਿੰਨਾ ਕਾਲਾ ਹੋਣਾ। ਸਤਿਗੁਰੂ ਕਿੰਨੀ ਕਾਲਕ ਹੈ, 1 ਰੁਪਈਏ ਪਿੱਛੇ ਬੰਦਾ ਬੇਈਮਾਨ ਹੋ ਜਾਂਦਾ। 1 ਰੁਪਈਏ ਪਿੱਛੇ ਬੇਫਜ਼ੂਲੀ ਖਰਚਾ ਕਰਨ ਵੇਲੇ ਕਿਤੇ ਨਾ ਵੇਖੇ ਧਰਮ ਦੀ ਦੁਨੀਆਂ ਤੇ। ਤੁਸੀਂ ਵੇਖੋ ਜਿਹੜੇ ਲੋਕ ਨਾ ਨੱਚਣ ਵਾਲੀਆਂ ਤੇ 500-500 ਦੇ ਨੋਟ ਸੁਣਦੇ ਆ, ਉਹਨਾਂ ਨੂੰ ਗੁਰਦੁਆਰੇ ਮੱਥਾ ਟੇਕਣ ਵੇਲੇ ਵੇਖਿਆ ਕਰੋ, ਸੜਿਆ ਜਾਂ ਪਰਸ ਹੁੰਦਾ ਨੂੰ ਖੋਲ ਖੋਲ 20 ਵਾਰ ਦੇਖਦੇ, ਕਿਤੇ ਪਾਟਿਆ 5-10 ਦਾ ਲੱਭ ਜਿਹੜਾ ਗੁਰੇ ਚ ਪਾਉਣਾ ਹੈ। ਪ੍ਰੀਤ ਕਿੱਥੇ ਹੈ? ਜਿੱਥੇ ਹੋਵੇ ਜੁੜੀ। ਗਰੀਬ ਨੂੰ ਦੇਣਾ ਹੋਊ ਤੇ ਸਿੱਕਾ ਲੱਭਾਂਗੇ 1 ਰੁਪਈਏ ਦਾ, ਵੀ ਤੇਰਾ ਨਿਆਣਾ 1 ਰੁਪਈਏ ਨਾਲ ਮੰਨ ਜਾਂਦਾ, ਉਹਦਾ ਤੇ 100 ਰੁਪਈਆ ਘੱਟ ਤੋਂ ਘੱਟ ਇੱਕ ਚੌਕਲੇਟ ਤੇ ਲੱਗ ਜਾਂਦਾ। ਤੇ ਗਰੀਬ ਦਾ ਨਿਆਣਾ ਕੋਈ ਸੜਕ ਤੇ ਆਖੇ ਮੈਂ ਕੁਝ ਖਾਣਾ, ਉੱਥੇ ਕਹਿੰਦੇ ਇਹਨਾਂ ਨੇ ਸ਼ਰਮ ਲਾਈ ਹੋਈ ਹੈ, 1 ਰੁਪਈਏ ਨੂੰ ਵੀ ਵਾਪਸ ਮੋੜਦੇ ਆ। ਫਰਕ ਰੱਖਦਾ ਨਾ ਬੰਦਾ, ਇਹ ਮਾਇਆ ਦੀ ਕਰਾਮਾਤ ਹੈ। ਸਤਿਗੁਰੂ ਕਹਿੰਦੇ ਪੁੱਤਰ
ਇਸ ਮਾਇਆ ਨੇ ਜੇ ਮੂੰਹ ਕਾਲਾ ਕਰਤਾ ਇਸ ਲੋਕ ਵਿੱਚ, ਪਰ ਲੋਕ ਵਿੱਚ ਕੀ ਕਰੂਗੀ? ਜਿਸ ਤੇ ਸ਼ੁਰਤ ਭਈ ਕਰ ਕਾਰੇ ਮਨ ਕਾਰੂ ਹੋਏ ਜਗ ਲਗ ਵਿਵਹਾਰੇ। ਜਦੋਂ ਤੱਕ ਵਿਵਹਾਰ ਵਿੱਚ ਚੱਲੇਗਾ ਤੇਰਾ ਮਨ ਇਹਨੇ ਕਾਲਾ ਕਰਨਾ, ਇਹ ਵੀ ਸੱਚ ਹੈ। ਤੁਸੀਂ ਆਪ ਦੱਸੋ ਜੀ, ਦੁਨੀਆਂ ਦੇ ਰਿਸ਼ਤੇ ਟੁੱਟਦੇ ਕਿੱਥੇ ਨੇ? ਆ ਕੇ ਮਾਇਆ ਤੇ ਟੁੱਟਦੇ ਆ। ਭਰਾ ਭਰਾ ਦਾ ਦੁਸ਼ਮਣ ਕਦੋਂ ਬਣਦਾ? ਜਦੋਂ ਮਾਇਆ ਆ ਜੇ। ਮਾਇਆ ਬੇਈਮਾਨ ਕਰ ਦਿੰਦੀ ਬੰਦੇ ਨੂੰ, ਕਿਸੇ ਨੂੰ 5-10 ਹਜ਼ਾਰ ਕਿਸੇ ਪਾਸੇ ਵੱਧ ਹੁੰਦਾ, ਬੰਦਾ ਓਵਰ ਟੇਕ ਕਰ ਦਿੰਦਾ, ਕਹਿੰਦਾ ਸਾਨੂੰ 4 ਪੈਸੇ ਬਚਦੀ ਫਿਰ ਕੀ ਹੈ। ਧਨ ਦੀ ਦੁਨੀਆਂ ਚ ਵੀ ਕਰੀ ਜਾਂਦਾ, ਬੇਈਮਾਨ ਬੰਦ ਹੋ ਜਾਂਦਾ ਹੈ, ਮਨ ਨੂੰ ਕਾਲਖ ਲੱਗ ਜਾਂਦੀ ਹੈ, ਬੰਦਾ ਸੋਚਦਾ ਮੇਰਾ ਹੀ ਫਾਇਦਾ ਹੋ ਜੇ, ਸਾਰਾ ਕੁਝ ਮੈਂ ਹੀ ਹੜਾ ਪਲਾਂ। ਇਹ ਮਾਇਆ ਦਾ ਨਸ਼ਾ ਹੈ, ਮਾਇਆ ਦੀ ਕਾਲਖ। ਸਤਿਗੁਰੂ ਕਹਿੰਦੇ ਜਿਸ ਮਾਇਆ ਨੇ ਇੱਥੇ ਮਨ ਕਾਲਾ ਕੀਤਾ, ਦਰਗਾਹ ਵਿੱਚ ਕੀ ਹਾਲ ਕਰੂਗੀ? ਇਹ ਸੰਕਟ ਕਰ ਰਖੀਅਤ ਪਾਉਣ, ਕਹੋ ਹਵਾਲ ਹੋਏ ਪੁਨ ਕੌਣ। ਗੁਰੂ ਸਾਹਿਬ ਨੇ ਆਖਿਆ, ਪੁੱਤਰਾ ਜੇ ਇਹਨੂੰ ਗਿਣਦਿਆਂ ਮਨ ਕਾਲਾ ਹੋ ਗਿਆ, ਬੇਈਮਾਨ ਹੋ ਗਿਆ, ਵੀ ਇਕੱਠੇ ਕਰ ਲਾ। ਸਤਿਗੁਰੂ ਕਹਿੰਦੇ ਜਦੋਂ ਪੰਡ ਬੰਨ ਕੇ ਘਰੇ ਰੱਖੇਗਾ, ਇਹ ਤੇਰਾ ਹਾਲ ਕੀ ਕਰੂਗੀ? ਮਾਇਆਧਾਰੀ ਸੁਖੀ ਹੈ ਕੋਈ? ਜਾ ਕੇ ਤੇ ਵੇਖੋ, ਮਾਫ ਕਰਿਓ, ਮਾਇਆਧਾਰੀਆਂ ਦੇ ਘਰੇ ਤੇ ਰੋਟੀ ਨਹੀਂ ਪੱਕਦੀ, ਕੋਈ ਬਤਾਉਂਦਾ, ਮੰਗਾਉਣ ਦਾ ਹੀ ਖਾਂਦੇ ਪਰ ਸੁਖੀ ਨਹੀਂ ਹੈਗੇ, ਰੋਗ ਲੱਗੇ ਆ। ਗਰੀਬ ਦਾ ਘਰ ਭਾਵੇਂ ਕੱਚਾ ਜ਼ਰੂਰ ਹੈ, ਪਰਿਵਾਰ ਦੇ ਵਿੱਚ 6-7 ਮੈਂਬਰ ਥੋੜ੍ਹੀ ਜਿਹੀ ਸਬਜ਼ੀ ਬੜੀ ਚਟਨੀ ਬੜੀ ਰਲ ਕੇ ਖਾ ਲੈਂਦੇ ਆ, ਪਰ ਜਿੱਥੇ ਮਾਇਆ ਆ ਗਈ ਉਹ ਇਕੱਠਾ ਬੈਠਣਾ ਹੀ ਨਹੀਂ ਸਿਖਾਉਂਦੀ, ਵੰਡ ਕੇ ਛੱਡਣਾ ਸਿਖਾਉਂਦੀ। ਮਾਇਆ ਬੁਰੀ ਥੋੜ੍ਹੀ ਹੈ, ਬੰਦੇ ਦਾ ਮਨ ਬੁਰਾ ਹੈ। ਸਤਿਗੁਰੂ ਕਹਿੰਦੇ ਮੇਰੇ ਸਿੱਖਾਂ ਕੋਲ ਮਾਇਆ ਹੋਵੇ, ਸਿੱਖ ਵੱਡੇ ਅਮੀਰ ਹੋਣ, ਦਾਨੀ ਹੋਣ, ਕਰਨ ਗੁਰੂ ਦਾ ਸਿੱਖ ਤੇ ਅਰਦਾਸ ਕਰਦਾ, ਮਹਾਰਾਜ ਇੰਨੀ ਕੀ ਮਾਇਆ ਬਖਸ਼ਿਓ ਜਿਹ ਚ ਮੈਂ ਆਪਣੇ ਚੁਕਾਵ ਨਾ ਡੱਬਾਂ, ਲੋੜ ਤੋਂ ਵੱਧ ਕਿਹੜਾ ਦੇਦੀ ਜਿਹੜੀ ਮੈਥੋਂ ਸੰਭਾਲੀ ਨਾ ਜਾਏ। ਦੇਖੋ ਜ਼ਰੂਰਤ ਤੋਂ ਵੱਧ ਮਾਇਆ ਆ ਜੇ, ਸੋਨਾ ਆ ਜੇ, ਬੰਦਾ ਕੀ ਕਰਦਾ? ਲੋਕਰਾਂ ਦੀ ਰੱਖੀ ਫਿਰਦਾ, ਉਹਨੂੰ ਪਤਾ ਵੀ ਇਹ ਲੋੜ ਤੋਂ ਵੱਧ ਮੇਰੇ ਕੋਲ ਆ ਗਈ, ਇਹਨੂੰ ਮੈਂ ਜਮ੍ਹਾਂ ਕਰ ਦਿੰਦਾ ਯਾਰ, FD ਕਰਾ ਦਿੰਦਾ, ਵੱਧ ਜੂਗੀ ਪਈ ਉੱਥੇ ਵੀ, ਉੱਥੇ ਸੂਈ ਜਾਊਗੀ, 4 ਪੈਸੇ ਵੱਧ ਬਣ ਜਾਣਗੇ, ਇੱਧਰ ਜਮ੍ਹਾਂ ਕਰਦਾ ਫਿਰੀ ਜਾਂਦਾ, ਸਾਰੀ ਜ਼ਿੰਦਗੀ ਲਾ ਦਿੰਦਾ ਮਾਇਆ ਇਕੱਠੀ ਕਰਦਿਆਂ। ਬੁਢਾਪੇ ਜਾ ਕੇ ਡਾਕਟਰ ਕਹਿੰਦਾ ਲੈ ਬਾਈ ਹੁਣ ਫਿਰ ਫਲਾਣੀ ਜੀ ਟ੍ਰਾਂਸਪਲਾਂਟ ਹੋ ਗਈ ਹੈ, ਲਿਆ ਕੜਾ ਕੇ ਕੀ ਫਾਇਦਾ? ਜਿਹਦੇ ਪਿੱਛੇ ਪਾਪ ਕਮਾਏ, ਜਿਹਦੇ ਪਿੱਛੇ ਲੋਕਾਂ ਨੂੰ ਦੁਸ਼ਮਣ ਬਣਾ ਲਿਆ, ਜਿਹੜਾ ਸਰੀਰ ਮਿੱਟੀ ਨਾ ਮਿੱਟੀ ਕਰ ਲਿਆ, ਹੁਣ ਉਸੇ ਨੂੰ ਠੀਕ ਕਰਾਉਣ ਵਾਸਤੇ ਕਢਾ ਕਢਾ ਕੇ ਉੱਥੇ ਲੱਗ ਜਾਂਦਾ। ਰੱਬਾ ਉਹਨੇ ਕੀ ਬਖਸ਼ੀ ਜਿਹਦੇ ਚ ਅਸੀਂ ਤੈਥੋਂ ਟੁੱਟੀਏ ਨਾ, ਤੈਥੋਂ ਦੂਰ ਨਾ ਹੋਈਏ। ਮਰਦ ਕਹਿੰਦੇ ਇਸ ਮਾਇਆ ਦੇ ਸਿਆਪੇ ਨੇ, ਮਾਇਆ ਗੁਜਰਾਨ ਹੈ, ਗੁਜ਼ਾਰੇ ਜੋਗੀ ਹੋਵੇ ਤੇ ਕਿਤੇ ਬੁਰੀ ਨਹੀਂ। ਜਿੱਦਣ ਲੋੜ ਤੋਂ ਵੱਧ ਕੇ ਆ ਗਈ, ਇੰਨਾ ਤਾਂ ਹੰਕਾਰ ਕਰ ਦਿੰਦੀ, ਰਿਸ਼ਤੇਦਾਰੀਆਂ ਚ ਲੜਾਈ ਪਵਾ ਦਿੰਦੀ, ਬੰਦਾ ਕਹਿੰਦਾ ਮੈਂ ਵੱਡਾ ਰੋਟੀ, ਕਹਿੰਦੇ ਤੂੰ ਵੱਡਾ ਹੈ ਨਹੀਂ, ਕਹਿੰਦਾ ਨਹੀਂ ਹੈਗਾ, ਮਾਇਆ ਖਰੀਦ ਸਕਦਾ ਆ ਉਹ ਕਰ ਸਕਦਾ, ਬੰਦੇ ਆ ਪੈਸੇ ਨਾਲ ਦੁਨੀਆਂ ਚ ਦਿਖਾਵਾ ਕਰ ਸਕਦਾ, ਮੁਹੱਬਤਾਂ ਨਹੀਂ ਖਰੀਦ ਸਕਦਾ, ਪ੍ਰੇਮ ਨਹੀਂ ਖਰੀਦ ਸਕਦਾ। ਹੁਣ ਬਾਬਾ ਮੋਹਰੀ ਜੀ ਸੰਗਤ ਚ ਬੈਠੇ, ਸਿੱਕੇ ਇਕੱਠੇ ਕਰਦੇ, ਉਹਨਾਂ ਸੋਚਿਆ ਮੇਰਾ ਰੁਤਬਾ ਕੀ, ਮੈਂ ਗੁਰੂ ਪੁੱਤਰ ਹਾਂ, ਮੈਂ ਕਿੰਨੀ ਇਸ ਪੀੜ ਨਾਲ ਲੱਗਾ ਹੋਇਆ, ਸੰਗਤ ਸਾਹਮਣੇ ਵੇਖਿਆ ਨਹੀਂ, ਫਿਰ ਲੋਕ ਕੀ ਕਹਿਣਗੇ, ਕੀ ਕਹਿਣਗੇ ਲੋਕ, ਕਿਉਂਕਿ ਉਸ ਮਾਇਆ ਨੇ ਸੋਚਣ ਨਹੀਂ ਦਿੱਤਾ। ਸਤਿਗੁਰੂ ਕਹਿੰਦੇ ਪੁੱਤਰਾ ਛੱਡ ਇਸ ਮਾਇਆ ਨੂੰ, ਅਸੀਂ ਤਾਂ ਹੀ ਤੁਹਾਨੂੰ ਨਹੀਂ ਦਿੰਦੇ, ਇਹ ਜਿਹਦੇ ਘਰ ਜਾਊਗੀ ਕਲੇਸ਼ ਲੈ ਕੇ ਜਾਂਦੀ ਹੈ। ਤੇ ਅੰਤਰ ਹੋਏ ਕਾਰਾ, ਅੰਤ ਗਮਨ ਲੈ ਸੰਗ ਸਿਤਾਰਾ। ਤੇ ਭਾਈ ਇਸ ਮਾਇਆ ਦੇ ਮਾਰੇ ਬੜੇ ਲੋਕ ਮਰੇ,
ਦੁਨੀਆਂ ਤੇ ਸਿਆਪਾ ਕਾਹਦਾ, ਲੜਾਈ ਕਾਹਦੀ, ਮਾਇਆ ਦੀ ਹੈ, ਤੇ ਫਕੀਰ ਛੱਡ ਕੇ ਕਿਉਂ ਮਰਦੀ ਹੋਈ? ਉਹ ਕਹਿੰਦਾ ਜ਼ਿੰਦਗੀ ਮਿਲੀ, ਜ਼ਿੰਦਗੀ ਜਿਉਣ ਵਾਸਤੇ ਮਿਲੀ, ਮਸ਼ੀਨ ਬਣਨ ਵਾਸਤੇ ਥੋੜ੍ਹੀ ਹੈ। ਤੇ ਅੱਜ ਦੁਨੀਆਂ ਦਾ ਹਰ ਮਾਇਆ ਧਾਰੀ ਬੰਦਾ ਦੁਖੀ ਹੈ, ਹਰ ਬੰਦਾ ਦੁਖੀ ਹੈ। ਸੁਖੀ ਕੌਣ ਹੈ? ਸੋ ਸੁਖੀਆ ਜਿਸ ਨਾਮ ਦਾ। ਮਾਇਆ ਧਾਰੀ ਨੂੰ ਮਰਦ ਕੀ ਕਹਿੰਦੇ? ਮਾਇਆ ਧਾਰੀ ਅੱਤ ਅੰਨਾ ਬੋਲਾ, ਕਹਿੰਦੇ ਉਹ ਮਨ ਕਰਕੇ ਬੋਲਾ ਤੇ ਮਨ ਕਰਕੇ ਅੰਨਾ, ਨਾ ਕਿਸੇ ਦੀ ਸੁਣੇ ਨਾ ਕਿਸੇ ਦੀ ਮੰਨੇ, ਕਹਿੰਦਾ ਮੈਨੂੰ ਲੋੜ ਨਹੀਂ ਕਿਸੇ ਦੀ, ਮੈਂ ਇਕੱਲਾ ਹੀ ਮਹਾਨ ਹਾਂ, ਅੰਨਾ ਬੋਲਾ। ਫਿਰ ਇੱਕ ਸਮਾਂ ਆਉਂਦਾ ਇਕੱਲਾ ਰਹਿ ਜਾਂਦਾ, ਲੋਕੀ ਕਹਿੰਦੇ ਹੁਣ ਮੰਜੇ ਤੇ ਪਏ ਆ, ਹੁਣ ਅਸੀਂ ਤੇ ਥੋੜੀ ਲੈਣਾ, ਸਾਡਾ ਜਦ ਤੇਰਾ ਸਮਾਂ ਸੀ ਤੂੰ ਅਸਮਾਨ ਵੱਲ ਥੁੱਕਦਾ ਸੀ, ਉਹ ਸਾਡਾ ਵਿਹੜਾ। ਫਿਰ ਮਾਇਆ ਨੀ ਕੰਮ ਕਰਦੀ, ਫਿਰ ਨੀ ਪੁੱਛਦੀ। ਜਿਹਨੂੰ ਸਤਿਗੁਰੂ ਬਾਰ ਬਾਰ ਕਹਿੰਦੇ ਨੇ ਭਾਈ ਮਾਇਆ ਹੋਏ ਨਾਗੜੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਹੋ ਫਿਰ ਖਾਏ। ਇਹਦੇ ਤੇ ਉਹ ਨਾਗਣੀ ਹੈ ਸੱਪ ਰੱਖਣ ਵਾਲੇ ਯੋਗੀ ਹੋਣ, ਭਾਵੇਂ ਸਨੇਕ ਟੈਚਰ ਹੋਣ, ਕਦੇ ਪੜੇ ਹੋ ਉਹਨਾਂ ਦੀ ਡੈਥ ਕਿਵੇਂ ਹੁੰਦੀ ਹੈ। ਸੱਪ ਪਾਲਣ ਵਾਲੇ ਸੱਪਾਂ ਦੇ ਵਿਸ਼ ਨਾਲ ਹੀ ਮਰਦੇ ਨੇ, ਉਹਨਾਂ ਦੇ ਡੰਗਰ ਤੋਂ ਹੀ ਮਰਦੇ ਨੇ। ਲੋੜ ਤੋਂ ਵੱਧ ਕੇ ਮਾਇਆ ਜਦੋਂ ਆ ਜਾਂਦੀ ਹੈ, ਸਿਆਪੇ ਪਵਾ ਦਿੰਦੀ ਹੈ, ਦੁਨੀਆਂ ਨਾਲ ਵੈਰ ਪਵਾ ਦਿੰਦੀ ਹੈ, ਜਿਹੜਾ ਇਹਦੀ ਸੇਵਾ ਕਰਦਾ ਹੈ ਉਹਨੂੰ ਇਹ ਡੰਗ ਲੈਂਦੀ ਹੈ। ਆ ਦੁਨੀਆਂ 'ਚ ਕਿੰਨੇ ਕਤਲ ਹੁੰਦੇ ਆ, ਕਿੰਨੀਆਂ ਰੋਬਰੀਆਂ ਹੋ ਰਹੀਆਂ, ਭਰਾ ਨੇ ਭਰਾ ਨੂੰ ਮਾਰਤਾ, ਰੋਜ਼ ਟੀਵੀ ਵੇਖਦੇ ਆ, ਪਤਨੀ ਸਮਾਨ ਚੁੱਕਿਆ ਘਰ ਵਾਲਾ ਛੱਡ ਕੇ ਭੱਜ ਗਈ, ਸਾਰਾ ਰੌਲਾ ਮਾਇਆ ਦਾ। ਕਿਸੇ ਨੇ ਨਿਆਣੇ ਛੱਡਤੇ, ਕਿਸੇ ਨੇ ਘਰ ਛੱਡਤਾ, ਕਿਸੇ ਨੇ ਕੁਝ ਛੱਡਤਾ, ਸਿਆਪਾ ਕਾਹਦਾ? ਮਾਇਆ ਦਾ। ਤੇ ਜੇ ਇਹ ਬਜਟ ਵਿੱਚ ਰਹੇ, ਤੋਰੀ ਫੁਲਕਾ ਚੱਲਦਾ ਰਹੇ, ਤੇ ਬੰਦਾ ਕਦੇ ਬੁਰੇ ਕੰਮ ਹੀ ਨਹੀਂ ਕਰਦਾ ਜੀ। ਵੇਖੋ ਤੁਹਾਡੇ ਕੋਲ ਮਾਇਆ ਗੁਜ਼ਾਰੇ ਜਿੰਨੀ ਹੈ, ਤੁਸੀਂ ਸੋਚੋਗੇ ਮੈਂ ਸ਼ਰਾਬ ਪੀ ਕੇ ਆਵਾਂ, ਮੈਂ ਅੱਜ ਰਾਤ ਨੂੰ ਪਾਰਟੀ ਕਰਾਂ, ਅੱਜ ਮੈਂ ਫਲਾਣਾ ਲੋਕਾਂ ਨੂੰ ਫਲਾਣੀ ਥਾਂ ਤੇ ਦਾਵਤ ਤੇ ਲੈ ਕੇ ਜਾਵਾਂ? ਉਹ ਕਹਿੰਦਾ ਨਹੀਂ, ਰੱਬ ਨੇ ਦੋ ਰੋਟੀਆਂ ਦਿੱਤੀਆਂ, ਖਾਈਏ ਤੇ ਸਵੇਰੇ ਉੱਠ ਕੇ ਵੀ ਤਾਂ ਹੋ ਜਾਂਦੀ ਹੈ। ਠੀਕ ਆ ਨਾ, ਆਈ ਚਲਾਈ ਵਧੀਆ ਚੱਲਦੀ ਹੈ। ਜਿਹਦੇ ਕੋਲ ਚਾਰ ਪੈਸੇ ਵੱਧ ਆ ਗਏ ਇਹੀ ਸੋਚੀ ਜਾਂਦਾ ਹੈ ਕਿੱਥੇ ਲਾਵਾਂ, ਕਿੱਥੇ ਘਰ ਖਰੀਦ ਲਾਂ, ਕਿੱਥੇ ਕੀ ਖਰੀਦ ਲਾਂ, ਕਿਹੜੇ ਬੈਂਕ 'ਚ ਜਮ੍ਹਾਂ ਕਰਾ ਦਾਂ। ਜ਼ਿੰਦਗੀ ਦੇ ਨਾਲ ਜੁੜਦੀ ਹੈ ਮਾਇਆ ਹੋਣੀ ਜ਼ਰੂਰੀ ਹੈ, ਪਰ ਲੋੜ ਤੋਂ ਵੱਧ ਕੇ ਮਾਇਆ ਹੋਵੇ ਤੇ ਜ਼ਹਿਰ ਹੈ, ਨੁਕਸਾਨ ਕਰਦੀ ਹੈ। ਮਰਦ ਕਹਿੰਦੀ ਇਹਦੀ ਸੇਵਾ ਕਰਨ ਵਾਲਾ ਇਹਦੇ ਹੱਥੋਂ ਹੀ ਮਾਰਿਆ ਜਾਂਦਾ ਹੈ। ਮਾਇਆ ਧਾਰੀ ਨੂੰ ਲੋਕ ਹੀ ਮਾਰਦੇ ਆ, ਜਾਂ ਆਪਣੇ ਮਾਰ ਜਾਂਦੇ ਜਾਂ ਗੈਰ ਮਾਰ ਜਾਂਦੇ ਆ। ਗੁਰੂ ਅਮਰਦਾਸ ਮਰਦ ਦੇ ਬਚਨਾਂ ਨੂੰ ਸੁਣ ਕੇ ਬਾਬਾ ਬੋਰੀ ਜੀ ਨੇ ਆਪਣਾ ਚਿਹਰਾ ਵੇਖਿਆ, ਬੜਾ ਪਛਤਾਏ। ਸੱਚਮੁੱਚ ਮਾਇਆ ਨੇ ਮੂੰਹ ਕਾਲਾ ਕੀਤਾ ਏ, ਮੈਂ ਸੰਤਨ ਅੱਖ ਕਰ ਹੋਏ ਜਤਨ ਅਨੇਕਨ ਤੇ ਅਵਲ ਹੋਏ। ਉਸ ਵਕਤ ਮਰਦ ਨੇ ਉਪਦੇਸ਼ ਬਖਸ਼ਿਆ, ਪੁੱਤਰਾ ਇਹਨੂੰ ਕਮਾਉਣ ਪਿੱਛੇ ਨਾ ਬਚੀ। ਤੁਸੀਂ ਬਾਣੀ ਪੜ੍ਹਦੇ ਹੋ, ਅੱਜ ਗੁਰਬਾਣੀ ਨੇ ਕੀ ਕਿਹਾ? ਪਾਪਾਂ ਵਾਜੋ ਹੋਵੇ ਨਾਹੀਂ, ਬਿਨਾਂ ਪਾਪ ਕਮਾਏ ਤੋਂ ਵੱਧ ਪੈਸਾ ਇਕੱਠਾ ਨਹੀਂ ਹੁੰਦਾ। ਪਾਪ ਕਰਨੇ ਪੈਣਗੇ, ਦੋ ਨੰਬਰ ਦੀ ਕਮਾਈ ਕਰਨੀ ਪੈਣੀ, ਤਾਂ ਕਿਤੇ ਬੰਦਾ ਧਨਾੜ ਤੇ ਅਮੀਰ ਬਣਦਾ ਵੀ ਮੈਂ ਹੁਣ ਵੱਡਾ ਹੋ ਗਿਆ। ਆਪਣਿਆਂ ਨੂੰ ਮਾਰਨਾ ਪੈਂਦਾ, ਭਰਾਵਾਂ ਨਾਲ ਬੇਈਮਾਨੀਆਂ ਕਰਨੀਆਂ ਪੈਣੀਆਂ, ਰਿਸ਼ਤੇਦਾਰਾਂ ਨੂੰ ਚੂਨੇ ਲਾਉਣੇ ਪੈਣਗੇ, ਠੱਗੀਆਂ ਠੋਰੀਆਂ ਕਰਨੀਆਂ ਪੈਣਗੀਆਂ, ਤਾਂ ਕਿਤੇ ਵੱਡਾ ਬੰਦਾ ਲੋਕਾਂ 'ਚ ਬਣੇਗਾ। ਵੱਡਾ ਬਣ ਜਾਏਗਾ ਫਿਰ ਇਕੱਲਾ ਹੀ ਰਹਿ ਜਾਏਗਾ, ਇਕੱਲਾ ਹੀ ਰਹਿ ਜਾਏਗਾ। ਟਿੱਬੇ ਉੱਚੇ ਹੁੰਦੇ ਆ, ਕਦੇ ਮੀਂਹ ਦਾ ਪਾਣੀ ਨਹੀਂ ਖੜਦਾ, ਖਾਲੀ ਰਹਿ ਜਾਂਦੇ ਟਿੱਬੇ ਜਿਉਂ ਵੀ। ਹਾਂ ਹਾਂ, ਸਤਿਗੁਰੂ ਕਹਿੰਦੇ ਬਿਨਾਂ ਪਾਪਾਂ ਤੋਂ ਮਾਇਆ ਇਕੱਠੀ ਨਹੀਂ ਹੁੰਦੀ, ਪਾਪਾਂ ਵਾਜੋ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ। ਅੱਜ ਤੱਕ ਕਦੇ ਕੋਈ ਵੇਖਿਆ ਵੀ ਕੱਫਣ ਤੇ ਜਿਪ ਤੇ ਜੀਭ ਲਾਗੇ ਗਿਆ ਹੋਵੇ?
ਸਤਿਗੁਰੂ ਕਹਿੰਦੇ ਮਰਿਆਂ ਤੋਂ ਨਾਲ ਨਹੀਂ ਜਾਂਦੀ। ਭਾਵ ਕੀ ਹੈ ਬੰਦਿਆ, ਮਾਇਆ ਜ਼ਿੰਦਗੀ ਜਿਉਣ ਦਾ ਇੱਕ ਗੁਜ਼ਰਾਨ ਹੈ। ਆ ਦੇਖੋ ਜਿੰਨੇ ਜੀਵ ਜੰਤੂ ਨੇ ਢਿੱਡ ਸਭ ਦੇ ਲੱਗਾ, ਰੋਟੀ ਸਾਰੇ ਖਾ ਰਹੇ, ਪੈਸਾ ਕਿਸੇ ਕੋਲ ਨਹੀਂ, ਬਾਂਦਰਾਂ ਤੋਂ ਲੈ ਕੇ ਚਿੜੀਆਂ ਤੱਕ ਨਾ ਕਿਸੇ ਕੋਲ ਬੈਂਕ ਬੈਲੈਂਸ, ਨਾ ਕੋਈ ਰੌਲਾ, ਪਰਿਵਾਰ ਉਹਨਾਂ ਦੇ ਵੀ ਪਲੀ ਜਾਂਦੇ ਆ। ਮਨੁੱਖ ਕੋਲ ਮਾਇਆ ਇਹ ਮਿੱਤ ਨਹੀਂ ਕਿਸੇ ਦਾ, ਸਤਨਾਮ ਹੈ ਇਹਨੂੰ ਰੋਕ ਕੇ ਰੱਖੀਏ। ਕਿੰਨੀਆਂ ਬਿਮਾਰੀਆਂ ਇਹਨੂੰ ਲੱਗੀਆਂ ਨੇ, ਇਹ ਕਿਸੇ ਦਾ ਬਣ ਹੀ ਨਹੀਂ ਸਕਦਾ ਕਦੇ। ਤੇ ਪਸ਼ੂ ਪੰਛੀ ਪਾਲਤੂ ਕਿਉਂ ਨੇ, ਚੰਗੇ ਕਿਉਂ ਨੇ, ਇਮਾਨਦਾਰ ਕਿਉਂ ਨੇ? ਬਸ ਉਹਨਾਂ ਦੀ ਇਮਾਨਦਾਰੀ ਇਸੇ ਕਰਕੇ ਵੀ ਉਹਨਾਂ ਹੱਥ ਮਾਇਆ ਨਹੀਂ ਲੱਗੀ, ਇਸੇ ਕਰਕੇ ਵਫ਼ਾਦਾਰ। ਬੰਦਾ ਵਫ਼ਾਦਾਰ ਨਹੀਂ ਹੋ ਸਕਦਾ। ਇੱਕ ਬੰਦਾ, ਇੱਕ ਵਰਕਰ 20 ਸਾਲਾਂ ਤੋਂ ਕਿਸੇ ਕੋਲ ਕੰਮ ਕਰਦਾ, ਉਹਨੂੰ ਕਿਸੇ ਨੇ ਆਫਰ ਦਿੱਤੀ ਉਹ ਇੱਥੇ 20,000 ਤੇ ਲੱਗਾ, ਚੱਲ ਤੈਨੂੰ 40 ਦਿਨਾਂ ਨਾਲੇ ਮਾਲਕ ਹੋਏਗਾ ਵਧੀਆ ਕਮਰਾ, ਕਹਿੰਦਾ ਤਾਂ ਸੀਕ੍ਰੇਟ ਪਲਾਨ ਦੱਸ ਦੇ, ਕਹਿੰਦਾ ਦੱਸ ਦਿਆਂਗਾ ਜੀ ਕੋਈ ਗੱਲ ਨਹੀਂ। ਹੁੰਦਾ ਵਫ਼ਾਦਾਰ ਕਦੇ ਨਹੀਂ। ਸਤਿਗੁਰੂ ਕਹਿੰਦੇ ਬਿਨਾਂ ਪਾਪਾਂ ਤੋਂ ਮਾਇਆ ਇਕੱਠੀ ਨਹੀਂ ਹੁੰਦੀ, ਇਸ ਮਾਇਆ ਨੂੰ ਇਕੱਠੀਆਂ ਕਰਨ ਵਾਸਤੇ ਦਿਨ ਰਾਤ ਪਾਪ ਕਰਨੇ ਪੈਂਦੇ ਨੇ, ਮਨ ਕਾਲੇ ਕਰਨੇ ਪੈਂਦੇ ਨੇ। ਜਿਹਦਾ ਮਨ ਕਾਲਾ ਉਹ ਇੱਥੇ ਵੀ ਦੁਖੀ ਤੇ ਉੱਥੇ ਵੀ ਦੁਖੀ ਆ, ਉਹ ਸਤਨਾਮ ਗੁਰੂ ਵਾਲਾ ਨਹੀਂ ਬਣ ਸਕਦਾ। ਸਾਹਿਬ ਲਿਖਦੇ ਆ, ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ। ਕਹਿੰਦੇ ਪਾਪੀ ਬੰਦੇ ਨੂੰ ਰੱਬ ਦੀ ਭਗਤੀ ਚੰਗੀ ਨਹੀਂ ਲੱਗਦੀ, ਰੱਬ ਦੀ ਪੂਜਾ ਚੰਗੀ ਨਹੀਂ ਲੱਗਦੀ। ਉਹਦੀ ਹਾਲਤ ਕੀ ਹੈ? ਮੱਖੀ ਚੰਦਨ ਪਰਹਰ ਹੈ ਜਹਿ ਬਿਗੰਧ ਤਹਿ ਜਾਏ। ਕਹਿੰਦੇ ਜਿੰਨੀਆਂ ਆ ਮੱਖੀਆਂ ਨੇ ਲੋਕਾਂ ਦੇ ਫੋੜੇ ਫਣਸੀਆਂ ਤੇ ਬਹਿੰਦੀਆਂ ਨੇ, ਗੰਦਗੀ ਤੇ ਬਹਿੰਦੀਆਂ ਨੇ, ਇਹ ਕਦੇ ਫੁੱਲਾਂ ਦੀ ਖੁਸ਼ਬੂ ਨਹੀਂ ਮਾਣਦੀਆਂ। ਮਾਇਆ ਧਾਰੀ ਬੰਦਾ ਸਤਸੰਗ ਚ ਨਹੀਂ ਆਊਗਾ, ਮਾੜੀ ਸੰਗਤ ਚ ਮਾੜੇ ਲੋਕਾਂ ਚ ਖੁਸ਼ ਰਹੂਗਾ। ਚੰਗੀ ਥਾਂ ਆ ਕੇ ਉਹਨੂੰ ਤੇ ਮੌਤ ਪੈਂਦੀ ਹੈ, ਬੁਰਾ ਲੱਗਦਾ ਹੈ ਕਿਉਂਕਿ ਉਹਨੂੰ ਨਸ਼ਾ ਐਸਾ ਹੈ, ਸਰੂਰ ਐਸਾ ਹੈ। ਗੁਰੂ ਸਾਹਿਬ ਨੇ ਜਦੋਂ ਬਚਨ ਆਪਣੇ ਪੁੱਤਰ ਨੂੰ ਭਰੀ ਸੰਗਤ ਸਾਹਮਣੇ ਆਖੇ, ਬਾਬਾ ਮੋਰੀ ਜੀ ਨੇ ਚਲਾ ਕੇ ਮਾਰੀ ਤੇ ਮਾਫ਼ ਕਰਿਓ ਬਾਪੂ ਜੀ, ਤੁਸੀਂ ਜਿੱਥੇ ਰੱਖਿਆ ਸੀ ਅਸੀਂ ਉਹ ਭੁੱਲ ਗਏ, ਚੰਗੇ ਤੇ ਸੁਖੀ ਵੱਸਦੇ ਸੀ। ਆਖੋ ਸਤਨਾਮ। ਆ ਜਦੋਂ ਦਾ ਗਿਣਤੀ ਕਰਨ ਲੱਗਿਆ ਮਨ ਚ ਉਤਰਾ ਜਿਹੜਾ ਆਈ ਆਈ ਜਾਂਦੇ ਆ, ਜੇ ਜ਼ਿਆਦਾ ਕੋਈ ਭਰਮ ਆ ਨਾ, 20,000 ਜੇਬ ਚ ਪਾ ਕੇ ਬਾਜ਼ਾਰ ਜਾ ਕੇ ਆਇਓ, ਬੜਾ ਇਕੱਲੇ ਮਨ ਨਹੀਂ ਟਿਕਣਾ। ਕਦੇ ਜੀ ਕਰਦਾ ਆ ਲੈ ਲਾ, ਕਦੇ ਕਹਿੰਦਾ ਆਓ ਲੈ ਲਾ, ਫਿਰ ਲੈਣ ਵੇਲੇ ਸੋਚੂਗਾ ਫਲਾਣੀ ਦੁਕਾਨ ਤੇ ਜਾ ਕੇ ਵੇਖ ਲਿਆ, ਹੋ ਸਕਦਾ ਉੱਥੇ 500 ਸਸਤਾ ਮਿਲੇ, ਇਹ ਵੀ ਮਨ ਦੀ ਚਲਾਕੀ ਹੈ। ਸਸਤੇ ਕੋਲ ਜਾ ਕੇ ਕਹਿੰਦਾ ਫਿਰ ਉਹਦੀ ਕੁਆਲਿਟੀ ਦਾ ਫਰਕ ਹੋਣਾ, ਉਹ ਬ੍ਰਾਂਡ ਆ ਗਿਆ ਉਹ ਵੀ ਠੀਕ ਹੈ। ਜੇ ਲੈ ਲਿਆ ਫਿਰ ਕਹਿੰਦਾ ਜ਼ਰੂਰਤ ਤੇ ਹੈ ਨਹੀਂ ਸੀ, ਹੈ ਸਰਦਾ ਸੀ, ਤੇ ਜੇ ਸਰਦਾ ਸੀ ਫਿਰ ਮਰਨ ਕਿਉਂ ਗਿਆ ਸੀ, ਖਰੀਦਾ ਕਿਉਂ ਫਿਰਦਾ ਸੀ, ਜੇ ਖਰੀਦਿਆ ਤੇ ਹੁਣ ਕਿਉਂ ਮਰਦਾ ਫਿਰਦਾ ਹੈ? ਇਹ ਮਨ ਦੀ ਕਾਲਕ ਹੈ ਜਿਹੜੀ ਸਾਨੂੰ ਸਮਝ ਨਹੀਂ ਆਉਂਦੀ। ਅਸੀਂ ਬਿਨਾਂ ਲੋੜ ਤੋਂ ਖਰੀਦਦਾਰੀਆਂ ਕਰਦੇ ਹਾਂ ਤੇ ਬਾਅਦ ਚ ਬੈਠੇ ਰੋਈ ਜਾਂਦੇ ਹਾਂ, ਜਰਾ ਲਏ ਬਿਨਾਂ ਆਹ ਬੂਟ ਮੈਨੂੰ ਲੈਣੇ ਨਹੀਂ ਚਾਹੀਦੇ, ਸਰਦਾ ਤੇ ਹੈ ਸੀ, ਜੇ ਸਰਦਾ ਸੀ ਤੇ ਫਿਰਦਾ ਕਿਉਂ ਸੀ, ਜੇ ਲੈ ਲਿਆ ਫਿਰ ਰੋਈ ਕਿਉਂ ਜਾਂਦਾ? ਇਹ ਮਨ ਦੀ ਮੈਲ ਹੈ, ਇਸੇ ਨੂੰ ਮੈਲ ਕਹਿੰਦੇ ਆ। ਸਤਿਗੁਰੂ ਕਹਿੰਦੇ ਪੁੱਤਰਾ ਤੈਨੂੰ ਇਸ ਮੈਲ ਤੋਂ ਇਸ ਕਾਲਕ ਤੋਂ ਬਚਾ ਕੇ ਰੱਖਿਆ, ਪਰ ਤੂੰ ਟਲਿਆ ਨਾ। ਆਖਣ ਮੈਂ ਤ੍ਰਾਸ ਮਹਾਨੋ ਤਸਕਰ ਨਿਰਪ ਆਦਿਕ ਬਲਵਾਨੋ। ਸਤਿਗੁਰੂ ਕਹਿੰਦੇ ਇਹੀ ਮਾਇਆ ਮਨੁੱਖ ਨੂੰ ਚੋਰ ਬਣਾਉਂਦੀ ਹੈ, ਇਹੀ ਮਾਇਆ ਮਨੁੱਖ ਨੂੰ ਰਾਜਾ ਬਣਨ ਵਾਸਤੇ ਮਜ਼ਬੂਰ ਕਰਦੀ। ਰਾਜਾ ਕੀ ਹੁੰਦਾ? ਇੱਕ ਪਾਪ ਕਰੋਗੇ, ਇੱਕ ਕਤਲ ਕਰੋਗੇ, ਅਪਰਾਧੀ ਬਣੋਗੇ, 100 ਕਤਲ ਕਰਦੇ ਹੋ ਲੀਡਰ ਬਣ ਜਾਓਗੇ, ਵੱਡੇ ਅਪਰਾਧ ਕਰੋਗੇ ਰਾਜੇ ਬਣ ਜਾਓਗੇ। ਰਾਜਾ ਤੇ ਚੋਰ ਇੱਕੋ ਕੈਟਾਗਰੀ ਦੇ ਬੰਦੇ ਨੇ, ਇਸੇ ਕਰਕੇ ਰਾਜੇ ਚੋਰੀਆਂ ਕਰਦੇ ਤੇ ਚੋਰੀਆਂ ਕਰਨ ਵਾਲੇ ਰਾਜੇ ਬਣ ਜਾਂਦੇ ਆ। ਸਤਿਗੁਰੂ ਕਹਿੰਦੇ ਸਾਧ ਦੀ ਦੋਨਾਂ ਨਾਲ ਹੀ ਨਹੀਂ ਬਣਦੀ ਆ, ਸਤਨਾਮ।
ਰੱਬ ਨੂੰ ਮੰਨਣ ਵਾਲਾ ਨਾ ਕਿਸੇ ਰਾਜੇ ਕੋਲ ਬੈਠੇ ਨਾ ਕਿਸੇ ਚੋਣ ਜਾਰੀ ਬੈਠੇ, ਕਹਿੰਦਾ ਮੈਂ ਕੀ ਲੜਾ ਇਹਨਾਂ ਨਾਲ, ਇਹ ਤੇ ਮਾਇਆ ਦੇ ਬੋਧ ਨੇ। ਸਤਿਗੁਰਾਂ ਨੇ ਉਸ ਵਕਤ ਆਪਣੇ ਪੁੱਤਰ ਨੂੰ ਸਮਝਾਇਆ, ਪੁੱਤਰਾ ਇਹ ਦਾਤਾ ਦਾ ਮਾਣ ਕਰਨਾ ਏ, ਪ੍ਰਾਣ ਸਮੇਤ ਦੁਖਾਰੇ ਭਗਤ ਵਿਰੋਧੀ ਵਿਘਨ ਪਸਾਰੇ, ਇਹ ਭਗਤਾਂ ਦੀ ਵਿਰੋਧੀ ਹੈ ਤੇ ਜਿੱਦੜ ਕੇ ਜਾਂਦੀ ਹੈ ਪ੍ਰਾਣ ਲੈ ਕੇ ਨਿਕਲ ਜਾਂਦੀ ਹੈ, ਜਾਏ ਤਾਂ ਪ੍ਰਾਣ ਸਮੇਤ। ਗੁਰੂ ਸਾਹਿਬ ਲਿਖਦੇ ਬਾਣੀ ਵਿੱਚ ਵੱਡੇ ਵੱਡੇ ਲੋਕ ਹਾਰਟ ਅਟੈਕ ਨਾ ਹੋਏ, ਕਿਉਂ ਮਰਦੇ? ਹੌਕਾ ਲੈ ਜਾਂਦੇ, ਕਦੇ ਹਾਏ ਐਡੀ ਪ੍ਰੋਪਰਟੀ ਬਣਾਈ ਫਲਾਣ ਦਾ ਹੋ ਗਿਆ, ਮਰ ਕੇ ਕਦੇ ਪ੍ਰਾਣ ਕੱਢ ਕੇ ਲੈ ਜਾਂਦੀ ਹੈ ਇਹ ਬੰਦੇ ਆ। ਤੈਨੂੰ ਜੀਵਨ ਮਿਲਿਆ ਮਨੁੱਖਾ ਦਾ, ਤੂੰ ਉਹਨੂੰ ਜੀਆ ਹੀ ਨਹੀਂ, ਉਹਨੂੰ ਮਾਣਿਆ ਹੀ ਨਹੀਂ, ਮਾਇਆ ਮਾਇਆ ਕਰਦਾ ਫਿਰੀ ਜਾਂਦਾ। ਆ ਜ਼ਿੰਦਗੀ ਸਾਰਿਆਂ ਦੀ ਬਰਾਬਰ ਹੈ, ਕੁਝ ਜੀ ਜਾਂਦੇ ਆ, ਕਈ ਆਏ ਮਰਦੇ ਮਰਦੇ ਕੀੜਿਆਂ ਵਾਂਗੂ ਵਿਲਕਦੇ ਵਿਲਕਦੇ ਜਲਦ ਤੁਰ ਗਏ। ਮਾਇਆਧਾਰੀ ਦਾ ਕੋਈ ਮਿੱਤਰ ਲੋੜ ਪਈ ਤੇ ਕੋਈ ਨਹੀਂ ਆਉਂਦਾ, ਤੇ ਗਰੀਬ ਹਰੇਕ ਦੇ ਤੁਰ ਪੈਂਦਾ, ਤੇ ਉਹਦੀ ਮਦਦ ਚ ਸਾਰੀ ਆ ਜਾਂਦੇ ਨੇ। ਜਿਹਨੂੰ ਮਰਜ਼ੀ ਜਾ ਕੇ ਕਹਿੰਦੇ ਜੀ ਇੱਕ ਦਿਨ ਲਈ ਗੱਡੀ ਦੇ ਦਿਓ, ਕਹਿੰਦਾ ਭਾਈ ਲੈ ਜਾ ਤੂੰ ਹਰ ਗਿਆ। ਮਾਇਆਧਾਰੀ ਆਪਣੀ ਹੋਮੇ ਚ ਨਹੀਂ ਜਾਂਦਾ, ਕਹਿੰਦਾ ਯਾਰ ਗੱਡੀ ਖਰਾਬ ਆ, ਹੁਣ ਕਿਹਨੂੰ ਕੀ ਕਹੀਏ, ਹੁਣ ਤਾਂ ਉਹਦੇ ਹੁੰਦਾ ਨਹੀਂ, ਕਿਉਂਕਿ ਆਪ ਇੰਨੀਆਂ ਬੜਾ ਮਾਰੀਆਂ ਹੋਈਆਂ, ਸਾਡੇ ਕੋਲ ਇੰਨੀ ਮਾਇਆ, ਸਾਡੇ ਕੋਲ ਆਹ, ਸਾਡੇ ਕੋਲ ਆਹ, ਹੁਣ ਮੰਗਦੇ ਸ਼ਰਮ ਆਉਂਦੀ ਆ, ਗੱਲਾਂ ਕਹਿੰਦਾ ਕਿੱਥੇ ਸਾਰਾ ਕੁਝ। ਗਰੀਬ ਖੜਾ ਨਹੀਂ ਮਾਰਦਾ, ਉਹ ਜਿੱਥੇ ਜਾਂਦਾ ਸਾਰੇ ਉਹਦੇ ਆਪਣੇ ਨੇ, ਕਿਉਂਕਿ ਗਰੀਬ ਦਾ ਰੱਬ ਹੁੰਦਾ ਹੈ, ਉਹਦੇ ਕੋਲ ਭਗਤੀ ਹੁੰਦੀ, ਉਹਦੇ ਕੋਲ ਹੰਕਾਰ ਨਹੀਂ ਹੁੰਦਾ, ਉਹ ਜ਼ਿੰਦਗੀ ਨੂੰ ਜੀ ਰਿਹਾ। ਤੇ ਹੋਮੇ ਦਾ ਭਰਿਆ ਬੰਦਾ ਮਾਇਆਧਾਰੀ, ਉਹ ਲੋਕਾਂ ਨੂੰ ਇਹੀ ਦੱਸਣ ਜ਼ਿੰਦਗੀ ਗਾਲ ਦਿੰਦਾ ਵੀ ਮੈਂ ਕਿਹੜੀ ਤੂੰ ਹਾਂ, ਮੈਂ ਕੀ ਆ, ਮੈਂ ਕੌਣ ਆ। ਗੁਰੂ ਅਮਰਦਾਸ ਪਾਤਸ਼ਾਹ ਆਪਣੇ ਪੁੱਤਰ ਨੂੰ ਸਮਝਾਉਂਦੇ, ਕਹਿੰਦੇ ਮੋਰੀਆ ਵੇਖੀ, ਮੋਹਰਾਂ ਦਾ ਲਾਲਚ ਨਾ ਕਰੀ, ਜ਼ਿੰਦਗੀ ਦੇ ਸਵਾਸ ਮਾਇਆ ਤੋਂ ਹਜ਼ਾਰਾਂ ਗੁਣਾ ਕੀਮਤੀ ਨੇ। ਆਖੋ ਸਤਨਾਮ, ਰੱਬ ਦੀ ਕੀਮਤੀ ਦੌਲਤ ਤੇਰੇ ਕੋਲ ਸਵਾਸ ਨੇ, ਕਿ ਪੈਸਿਆਂ ਨਾਲ ਨਹੀਂ ਖਰੀਦੇ ਜਾਂਦੇ, ਸਾਹ ਖਰੀਦੇ ਜਾ ਸਕਦੇ, ਜ਼ਿੰਦਗੀ ਖਰੀਦੀ ਜਾ ਸਕਦੀ, ਆਕਸੀਜਨ ਖਰੀਦ ਸਕਦੇ, ਆਕਸੀਜਨ ਦਾ ਸਿਲੰਡਰ ਖਰੀਦ ਸਕਦੇ ਹੋ, ਸਵਾਸਾਂ ਨਹੀਂ ਖਰੀਦ ਸਕਦੇ। ਉਹਦੇ ਲੋਕ ਵੈਂਟੀਲੇਟਰ ਤੇ ਪਏ ਹੁੰਦੇ, ਆਕਸੀਜਨ ਲੱਗੀ ਹੁੰਦੀ ਹੈ, ਸਾਹਾਂ ਤੇ ਆਕਸੀਜਨ ਚ ਫਰਕ ਆ। ਰੱਬ ਦੀਆਂ ਦਿੱਤੀਆਂ ਇਹ ਦਾਤਾਂ ਬੰਦਿਆਂ ਨੂੰ ਮਾਣਿਆ ਕਰ, ਭਗਤੀ ਕਰਿਆ ਕਰ, ਨਾਮ ਜਪਿਆ ਕਰ, ਰੱਬ ਤੋਂ ਡਰਿਆ ਕਰ। ਇਹ ਮਾਇਆ ਕਦੇ ਕਿਸੇ ਦੀ ਮਿੱਤ ਨਹੀਂ ਹੋਈ, ਇਹ ਰਾਵਣ ਵਰਗਿਆਂ ਨੂੰ ਖਾਲੀ ਕਰਦੀ, ਸੋਨੇ ਦੀ ਲੰਕਾ ਵਾਲੇ ਸਿਕੰਦਰ ਵਰਗੇ ਖਾਲੀ ਹੱਥ ਚਲੇ ਗਏ, ਇਹ ਕਿਸੇ ਨਾਲ ਨਹੀਂ ਗਈ, ਇਹਦੇ ਪਿੱਛੇ ਦੁਨੀਆਂ ਨਾਲ ਵੈਰ ਨਾ ਪਾਈਆਂ। ਸਤਨਾਮ, ਰੱਬ ਰੱਬ ਕਰਿਆ ਕਰ, ਰੱਬ ਤੋਂ ਡਰਿਆ ਕਰ। ਗੁਰੂ ਸਾਹਿਬ ਨੇ ਬੜੇ ਪਿਆਰੇ ਬਚਨ ਬਾਬਾ ਮੋਰੀ ਜੀ ਨੂੰ ਸਮਝਾਏ, ਉਹਨਾਂ ਨੂੰ ਸਮਝ ਵੀ ਆ ਗਈ, ਜਿਹੜੀ ਮਾਇਆ ਇੱਥੇ ਮਨ ਕਾਲਾ ਕਰਦੀ, ਇੱਥੇ ਮੂੰਹ ਕਾਲਾ ਕਰਦੀ, ਉਹ ਰੱਬ ਦੇ ਕੋਲ ਹੀ ਬੈਠਣ ਲਈ। ਸਮਾਂ ਸਮਾਪਤ ਹੈ, ਜਿਵੇਂ ਸਾਹਿਬ ਕਿਰਪਾ ਕਰਨਗੇ ਕੱਲ ਆਨੰਦ ਵਾਹਾਂਗੇ। ਵਾਹਿਗੁਰੂ ਵਾਹਿਗੁਰੂ।